ਪਹਿਲਾਂ ਧੰਨਵਾਦ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਸਾਨੂੰ ਫੰਡ ਰੇਜ਼ਿੰਗ ਦੇ ਵੇਲੇ ਬਹੁਤ ਵਧੀਆ ਸਾਥ ਦਿੱਤਾ। ਔਰ ਹੁਣ ਜਿਹੜੇ ਸਾਡੇ ਸਪਾਂਸਰ ਨੇ ਅੱਜ ਦਾ ਦਿਨ ਬਾਈ ਕੁਲਦੀਪ ਸਿੰਘ ਬਾਟ ਅੰਡਿਆਨਾ ਇੰਡੀਅਨਐਪਲਸ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਗੱਲਬਾਤ ਸਾਂਝੀ ਕਰ ਰਹੇ ਹਾਂ ਤੇ ਇਧਰੋਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਦਾ। ਜੀ ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸੁਖਨੇਵ ਜੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਪੰਨੂ ਸਾਹਿਬ। ਔਰ ਜੇ ਅਸੀਂ ਖ਼ਬਰਾਂ ਦੀ ਸਾਂਝ ਪਾਈਏ ਤਾਂ ਇੱਕ ਚੰਗੀ ਖ਼ਬਰ ਹੈ ਕਿ ਭਾਰਤੀ ਮੂਲ ਦੇ ਇੱਕ ਵਿਗਿਆਨੀ ਨੂੰ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਦੇ ਵਾਸਤੇ ਨਾਮਜ਼ਦ ਕੀਤਾ ਗਿਆ ਤੇ ਵੱਡੀ ਗੱਲ ਇਹ ਵੀ ਹੈ ਕਿ ਉਹਦੇ ਘਰਵਾਲੀ ਨੂੰ ਵੀ ਪੁਰਸਕਾਰ ਮਿਲਣਾ, ਬੇਸ਼ੱਕ ਉਹ ਇੰਡੀਅਨ ਮੂਲ ਦੀ ਨਹੀਂ। ਦੇਖੋ, ਇੰਡੀਅਨ ਮੂਲ ਦੀ ਹੋਵੇ ਨਾ ਹੋਵੇ ਜੀ, ਉਹਨਾਂ ਨੂੰ ਚਲੋ ਇੰਡੀਆ ਦੀ ਨੋਂ ਤਾਂ ਆਪਾਂ ਗਿਣ ਸਕਦੇ ਹਾਂ ਨਾ। ਹਾਂ, ਮੈਂ ਤਾਂ ਹੀ ਕਹਿੰਦਾ ਸੀ ਮੈਂ ਜੋੜੀ ਦਾ ਸੁਭਾਗੀ ਹੈ। ਓਦਾਂ ਜਿਹੜੇ ਪੁੱਤਰ ਦੀ ਨੋਂ ਆ ਉਹ ਪੁੱਤਰ ਵੀ ਤਾਂ ਹੁਣ ਇੰਡੀਆ ਨਹੀਂ ਗਾ ਜੀ, ਇਸ ਕਰਕੇ ਆਪਾਂ ਉਹ ਨਾ ਗਿਣੀਏ। ਗਿਣੀਏ ਕਿ ਦੋਵਾਂ ਨੇ ਕੰਮ ਚੰਗਾ ਕੀਤਾ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲ ਗਿਆ ਜੀ। ਦੂਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਉਹ ਇਹ ਕਿ ਦੋਵਾਂ ਨੂੰ ਇੱਕੋ ਫੀਲਡ ਇਕਨੋਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ, ਭਾਵੇਂ ਇੱਕ ਤੀਸਰਾ ਵੀ ਭਾਈਬੰਦ ਨਾਲ ਜੋੜਿਆ ਗਿਆ ਜੀ। ਪਰ ਇਹ ਗੱਲ ਆਪਣੇ ਆਪ ਚ ਬਹੁਤ ਵੱਡੀ ਹੈ ਕਿ ਇਸ ਤੋਂ ਪਹਿਲਾਂ ਕੋਈ 20-21 ਸਾਲ ਪਹਿਲਾਂ ਡਾਕਟਰ ਅਮਰਦਿਆਲ ਸਿੰਘ ਨੂੰ ਮਿਲਿਆ ਸੀ, ਉਹ ਵੀ ਸਾਡਾ ਭਾਰਤ ਦਾ ਸੀ, ਪਰ ਭਾਰਤੀ ਉਦੋਂ ਤੱਕ ਨਹੀਂ ਸੀ, ਉਹਨੇ ਸਿਟੀਜ਼ਨਸ਼ਿਪ ਕਿਸੇ ਹੋਰ ਦੀ ਲੈ ਲਈ ਸੀ ਜੀ। ਹੁਣ ਜੇ 20-21 ਸਾਲਾਂ ਬਾਅਦ ਇਹਨੂੰ ਮਿਲਿਆ ਤੇ ਇਹ ਚੰਗੀ ਗੱਲ ਹੈ। ਅੱਛਾ, ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਬੰਦੇ ਨੇ ਵੀ ਪੜ੍ਹਾਈ ਜਿਹੜੀ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ। ਅੱਜ ਕੱਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿਹਨੂੰ ਬੜੀ ਮਾੜੀ ਸਮਝਿਆ ਜਾਂਦਾ, ਖੱਬੇ ਪੱਖੀਆਂ ਦਾ ਗੜ ਹੈ, ਯੇ ਹੈ, ਵੋ ਹੈ, ਕਈ ਅੱਗੜ ਪਿੱਛੜ ਮਿਸਾਲਾਂ ਆ ਰਹੀਆਂ ਨੇ। ਮੈਂ ਹੁਣੇ ਥੋੜੀ ਦੇਰ ਪਹਿਲਾਂ ਪੜ੍ਹਦਾ ਹਟਿਆ, ਪਹਿਲੀ ਵਾਰ ਇੱਕ ਕੁੜੀ ਜਿਹੜੀ ਨੇਤਰਹੀਣ ਹੈ, ਜਿਹਨੂੰ ਬਿਲਕੁਲ ਨੀ ਦਿਸਦਾ, ਉਹ IAS ਕਰਕੇ ਕਲੀਅਰ ਤੇ ਮਤਲਬ ਡਿਪਟੀ ਕਲੈਕਟਰ ਬਣੀ ਆ, ਉਹ ਵੀ ਕੁੜੀ ਮੁੰਬਈ ਚ ਉੱਠੀ ਤੇ ਮੁੜ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਪੜ੍ਹੀ ਆ। ਯਾਨੀ ਟੈਲੈਂਟ ਜਿਹੜਾ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚੋਂ ਜਿਸ ਤਰ੍ਹਾਂ ਪ੍ਰਫੁੱਲਿਤ ਹੁੰਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਇਹਦਾ ਵੀ ਨਾਂ ਆਉਣਾ ਤੇ ਇਹਦੇ ਨਾਂ ਦੇ ਨਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਂ ਆਉਣਾ ਇਹ ਆਪਣੇ ਆਪ ਚ ਮਾਨ ਖਾਉਂਦਾ। ਇਹਨੇ ਪਿਛਲੇ ਸਮੇਂ ਚ ਦੁਨੀਆ ਭਰ ਦੇ ਵਿੱਚੋਂ ਗਰੀਬੀ ਦਾ ਹੱਲ ਕੱਢਣ ਵਾਸਤੇ ਜਿਹੜੀਆਂ ਨੇ ਚੀਜ਼ਾਂ ਦੀ ਲੋੜ ਹੈ ਉਹਨਾਂ ਮਸਲਿਆਂ ਤੇ ਕਾਫੀ ਜ਼ਿਆਦਾ ਕੰਮ ਕੀਤਾ, ਇਹਨੇ ਵੀ, ਇਹਦੀ ਵਾਈਫ ਨੇ ਵੀ ਕੀਤਾ, ਤੀਸਰੇ ਨੇ ਵੀ ਹੈ। ਪਰ ਅਸੀਂ ਅਭਿਜੀਤ ਦਾ ਜ਼ਿਕਰ ਇਸ ਕਰਕੇ ਮੁੜ ਮੁੜ ਕੇ ਕਰਦੇ ਹਾਂ ਕਿ ਸਾਡੇ ਭਾਰਤ ਵਿੱਚੋਂ ਗਿਆ, ਇਹ ਤੋਂ ਜਾਪਦਾ ਕਿ ਸਾਡੇ ਭਾਰਤ ਦੇ ਲੋਕ ਹਰ ਵਾਰੀ ਜਦੋਂ ਵੀ ਨੋਬਲ ਦੀ ਵੰਡ ਹੁੰਦੀ ਆ ਇੱਕ ਮਿਲੇ ਦੋ ਮਿਲਣ ਭਰਦੇ ਹਿੱਸੇ ਆ ਹੀ ਜਾਂਦਾ, ਕੋਈ ਨਾ ਕੋਈ ਭਰਦਾ ਹਿੱਸਾ, ਕਦੇ ਖਾਲੀ ਤਾਂ ਘੱਟ ਹੀ ਰਹਿੰਦਾ ਤੇ ਇਹ ਸਾਡੇ ਸਾਰਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਜਿਸ ਤੋਂ ਬਾਕੀਆਂ ਨੂੰ ਵੀ ਸਿੱਖਣਾ ਚਾਹੀਦਾ। ਬਿਲਕੁਲ ਬੰਨੂ ਸਾਹਿਬ, ਤੁਸੀਂ ਸਹੀ ਗੱਲ ਕਹੀ ਤੇ ਨਵਾਜ਼ ਸ਼ਰੀਫ ਹੋਰਾਂ ਤੋਂ ਮੈਨੂੰ ਨਹੀਂ ਲੱਗਦਾ ਕੋਈ ਸਿੱਖਣ ਦੀ ਲੋੜ ਹੈ, ਹੁਣ ਪੁਲਿਸ ਨੇ ਉਹਦਾ ਰਿਮਾਂਡ ਫੇਰ ਲੈ ਲਿਆ ਜੀ। ਜਿਹੜਾ ਨਵਾਜ਼ ਸ਼ਰੀਫ ਆ ਉਹਨੂੰ ਤਾਂ ਸਿਖਾਉਣ ਵਾਸਤੇ ਇਸ ਵੇਲੇ ਇਮਰਾਨ ਖਾਨ ਲੱਗਾ ਹੋਇਆ ਜੀ। ਇਮਰਾਨ ਖਾਨ ਸਾਰੀ ਦੁਨੀਆਂ ਚ ਉਹਦੀ ਪੇਸ਼ ਕਿਤੇ ਗਈ ਨੀ, ਦੇਸ਼ ਦੀਆਂ ਅੰਦਰੂਨੀ ਮੁਸ਼ਕਿਲਾਂ ਤੋਂ ਲੋਕਾਂ ਦਾ ਧਿਆਨ ਪਾਸੇ ਪਾਉਣ ਵਾਸਤੇ ਉਹਨਾਂ ਬੜਾ ਯਤਨ ਕੀਤਾ, ਜੰਮੂ ਕਸ਼ਮੀਰ ਦਾ ਮੁੱਦਾ ਚੁੱਕ ਲਿਆ, ਸਾਰੀ ਦੁਨੀਆਂ ਚ ਰੌਲਾ ਪਾਇਆ, ਫਿਰ ਆਪਣਾ ਘਰ ਸਾਂਭਿਆ ਨੀ ਜਾਂਦਾ ਤੇ ਸਾਊਦੀ ਅਰਬ ਤੇ ਇਰਾਨ ਦਾ ਸਮਝੌਤਾ ਕਰਾਉਣ ਵਾਸਤੇ ਵਿਚੋਲਾ ਬਣ ਕੇ ਉਤਰ ਪਿਆ ਕਦੇ ਕਿਤੇ ਕਦੇ ਕਿਤੇ। ਇੱਧਰ ਦੇਸ਼ ਦੇ ਵਿੱਚ ਹਾਲਤ ਜਿੰਨੀ ਮਾੜੀ ਹੋ ਗਈ ਹੈ ਉਹਦੇ ਚ ਵਿਰੋਧੀ ਪਾਰਟੀਆਂ ਨੇ ਇਕੱਠਿਆਂ ਹੋ ਕੇ ਆਜ਼ਾਦੀ ਮਾਰਚ ਪਲਾਨ ਕਰ ਲਿਆ, ਅਗਲੇ ਹਫ਼ਤੇ ਆਜ਼ਾਦੀ ਮਾਰਚ ਹੋਣਾ। ਕੋਈ ਵਕਤ ਸੀ ਜਦੋਂ ਇਹ ਇਮਰਾਨ ਖਾਨ ਅਜੇ ਆਪੋਜੀਸ਼ਨ ਸੀਗਾ ਤੇ ਇਹਨੇ ਸਾਰੇ ਦੇਸ਼ ਦੇ ਵਿੱਚੋਂ ਆਜ਼ਾਦੀ ਮਾਰਚ ਆਰੰਭ ਕੀਤਾ ਸੀ ਔਰ ਇੱਥੋਂ ਤੱਕ ਚਲਾ ਗਿਆ ਸੀ ਕਿ ਇਹਨੇ ਰਾਜਧਾਨੀ ਇਸਲਾਮਾਬਾਦ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਸੀ। ਫਿਰ ਉਹ ਮਸਲਾ ਸੁਪਰੀਮ ਕੋਰਟ ਤੱਕ ਗਿਆ ਤੇ ਸੁਪਰੀਮ ਕੋਰਟ ਨੇ ਆਖਿਆ ਕਿ ਤੂੰ ਜੋ ਕੁਝ ਕਰਨਾ ਕਰ, ਪਰ ਇੱਕ ਪਾਰਲੀਮੈਂਟ, ਇੱਕ ਰਾਸ਼ਟਰਪਤੀ ਭਵਨ, ਇੱਕ ਕੇਂਦਰ ਸਰਕਾਰ ਦਾ ਸਕੱਤਰੇਤ, ਇੱਕ ਆਰਮੀ ਹੈੱਡਕੁਆਰਟਰ, ਇੱਕ ਸੁਪਰੀਮ ਕੋਰਟ ਦੇ ਰਸਤੇ ਤੇ ਆਖਰੀ ਗੱਲ ਇਹ ਕਿ ਜਿਹੜੇ ਵਿਦੇਸ਼ੀ ਜਿਹੜੇ ਦੂਤ ਘਰ ਨੇ ਉਹਨਾਂ ਦੇ ਕਿਸੇ ਦੇ ਵੀ ਰਸਤੇ ਨੂੰ ਤੂੰ ਜਾਮ ਨਹੀਂ ਕਰ ਸਕਦਾ, ਭੇੜ ਉਠਾ ਕੇ ਲੈ ਜਾ ਜੀ। ਉਦੋਂ ਇਹ ਕਹਿੰਦਾ ਸੀ ਸਾਡਾ ਜਮਹੂਰੀ ਹੱਕ ਹੈ, ਅੱਜ ਇਹਦੇ ਜਮਹੂਰੀ ਹੱਕ ਦੇ ਖਿਲਾਫ ਦੂਸਰੇ ਪਾਸੇ ਜਮਹੂਰੀ ਹੱਕ ਦਾ ਮੁੱਦਾ ਚੁੱਕ ਕੇ ਤੁਰ ਪਏ ਨੇ ਤੇ ਉਹ ਕਹਿੰਦੇ ਅਸੀਂ ਆਜ਼ਾਦੀ ਮਾਰਚ ਕਰਨਾ ਜੀ। ਇਹਨੇ ਪਿਛਲਿਆਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਉਹਦੇ ਤੋਂ ਖਿੱਚ ਕੇ ਨਵਾਜ਼ ਸ਼ਰੀਫ ਦੀ ਪਾਰਟੀ ਨੇ ਆਖਿਆ ਜੀ ਅਸੀਂ ਉਹ ਚ ਸ਼ਾਮਲ ਹੋਵਾਂਗੇ। ਆਜ਼ਾਦੀ ਮਾਰਚ ਤਾਂ ਰੱਖਿਆ ਜੀ, ਕੁਝ ਕੱਟੜਪੰਥੀ
ਇਸਲਾਮਿਕ ਜਥੇਬੰਦੀਆਂ ਤੇ ਪਾਰਟੀਆਂ ਨੇ ਜੀ। ਪਰ ਇਹ ਫਿਰ ਜਦੋਂ ਨਵਾਜ਼ ਸ਼ਰੀਫ ਦੀ ਪਾਰਟੀ ਵੀ ਨਾਲ ਰਲ ਗਈ ਤੇ ਜਾਪਿਆ ਕਿ ਕੰਮ ਬਹੁਤ ਭਾਰਾ ਹੋ ਗਿਆ। ਉਧਰੋਂ ਨਵਾਜ਼ ਸ਼ਰੀਫ ਦੇ ਬਾਰੇ ਚ ਉਹਦਾ ਕੇਸ ਦਾ ਉੱਪਰਲੀ ਅਦਾਲਤ ਚ ਲੱਗਾ ਤੇ ਜਾਪਦਾ ਕਿ ਸਜ਼ਾ ਉਹਦੀ ਸਸਪੈਂਡ ਹੋ ਜਾਣੀ ਆ, ਕੁਝ ਚਿਰ ਦੀ ਉਹਨੂੰ ਸਟੇਅ ਮਿਲ ਜਾਣਾ ਤੇ ਉਹਨੇ ਜਮਾਨਤ ਤੇ ਬਾਹਰ ਆ ਜਾਣਾ। ਇਹਦੇ ਉਸ ਤੋਂ ਪਹਿਲਾਂ ਪਹਿਲਾਂ ਇੱਕ ਪੈਂਡਿੰਗ ਪਿਆ ਕੇਸ ਕੱਢ ਕੇ ਪੁਲਿਸ ਨੂੰ ਆਖਿਆ ਫੜ ਲਿਓ, ਜੇਲ੍ਹ ਤੋਂ ਜਾ ਕੇ ਤੇ ਉਹਦਾ ਪ੍ਰੋਟੈਕਸ਼ਨ ਵਾਰੰਟ ਲਿਆ ਅਦਾਲਤੋਂ ਤੇ ਜੇਲ੍ਹ ਤੋਂ ਜਾ ਕੇ ਉਹਨੂੰ ਫੜ ਲਿਆ ਆ ਤੇ ਲਿਆ ਕੇ ਹੁਣ ਫਿਰ ਰਿਮਾਂਡ ਦੇ ਉੱਤੇ ਭੇਜਿਆ ਆ। ਇਹ ਸਾਰੇ ਲੋਕਾਂ ਨੂੰ ਪਤਾ ਕਿ ਅਸਲ ਚ ਰਿਮਾਂਡ ਰਮੂੰਡ ਵਾਲੀ ਗੱਲ ਸਾਰੀ ਇਹ ਕਹਾਣੀ ਬਣਾਈ ਗਈ ਸਿਰਫ ਇਸ ਕਰਕੇ ਕਿ ਨਵਾਜ਼ ਸ਼ਰੀਫ ਉਸ ਆਜ਼ਾਦੀ ਮਾਰਚ ਦੇ ਵਿੱਚ ਇਸਲਾਮਿਕ ਕੱਟੜਪੰਥੀਆਂ ਦੇ ਨਾਲ ਸ਼ਾਮਲ ਨਾ ਹੋ ਸਕੇ। ਕੱਟੜਪੰਥੀ ਇਹਦੇ ਨਾਲ ਵੀ ਨੇ, ਕੱਟੜਪੰਥੀ ਉਹਦੇ ਨਾਲ ਵੀ ਨੇ, ਦੋਵੇਂ ਘੱਟ ਨੇਗੇ, ਸਾਨੂੰ ਉਹਦਾ ਫਰਕ ਨਹੀਂ ਪੈਂਦਾ। ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਾਨੂੰਨ ਨੂੰ ਵੀ ਇਹ ਇਮਰਾਨ ਖਾਨ ਉਸੇ ਤਰ੍ਹਾਂ ਵਰਤ ਰਿਹਾ ਵਾ ਜਿਵੇਂ ਕਿਸੇ ਵਕਤ ਜਨਰਲ ਮੁਸ਼ਰਫ ਵਰਤਦਾ ਹੁੰਦਾ ਸੀ ਕਿ ਆਪਣੀ ਮਰਜ਼ੀ ਮੁਤਾਬਕ ਅਦਾਲਤਾਂ ਨੂੰ ਵੀ ਵਰਤਣ ਲੱਗ ਪਓ। ਇਹ ਮਾੜਾ ਰੁਝਾਨ ਪਹਿਲਾਂ ਵੀ ਸੀ ਤੇ ਇਹ ਹੁਣ ਵੀ ਚੱਲ ਪਿਆ ਜੀ। ਪੰਨ ਸਾਹਿਬ, ਰੁਝਾਨ ਤੋਂ ਅੱਗੇ ਜੇ ਚੱਲੀਏ ਤਾਂ ਹੁਣ ਸਾਡੇ ਜਿਹੜੇ ਦੇਸ਼ ਦੇ ਵੱਡੇ ਵੱਡੇ ਆਗੂ ਨੇ ਅਜੀਤ ਡੋਭਲ ਵਰਗੇ, ਉਹ ਵਾਹਵਾ ਕੁਛ ਕਹੀ ਜਾਂਦੇ ਕਿ ਪਾਕਿਸਤਾਨ ਜਿਹੜਾ ਕਿਤੇ ਨਾ ਕਿਤੇ ਉਹਨੂੰ ਮੂੰਹ ਦੀ ਖਾਣੀ ਵੀ ਪੈ ਰਹੀ ਹੈ ਕੁਛ ਕੁ ਮਸਲਿਆਂ ਤੇ। ਉਹ ਪਹਿਲਾਂ ਅਸੀਂ ਗੱਲ ਕਰਕੇ ਹਟੇ ਸੀਗੇ, ਫਾਈਨੈਂਸ਼ੀਅਲ ਟਾਸਕ ਜਿਹੜਾ ਹੈ ਦਿੰਦੀ ਹੈ ਇੱਕ ਸੰਸਥਾ, ਉਸ ਦੇ ਵੱਲੋਂ ਜਦੋਂ ਸੰਮੇਲਨ ਹੈ ਅੱਜ ਸਮਾਪਤ ਹੋਣਾ ਸੀ ਉਸ ਮੌਕੇ ਦੇ ਉੱਤੇ ਜਾਂ ਉਸ ਸ਼ੁਰੂਆਤ ਦੇ ਮੌਕੇ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਪਾਕਿਸਤਾਨ ਚੋਂ ਚਾਰ ਅੱਤਵਾਦੀ ਹਿਰਾਸਤ ਚ ਲਏ ਜਾਂਦੇ। ਹੁਣ ਇੱਥੇ ਅੱਗੇ ਜਾ ਕੇ ਅਜੀਤ ਡੋਭਲ ਹੋਰਾਂ ਦਾ ਬਿਆਨ ਆ ਜਾਂਦਾ ਜਿਹੜਾ, ਉਹ ਵੀ ਧਿਆਨ ਮੰਗਦਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਇਸ ਤਰ੍ਹਾਂ ਸ਼ਹਿ ਦਿੰਦਾ ਜਿਵੇਂ ਅੰਡਰਵਰਲਡ ਵਾਲਿਆਂ ਨੂੰ ਪੁਲਿਸ ਸ਼ਹਿ ਦੇਣ ਲੱਗ ਜਾਵੇ। ਦੇਖੋ, ਜਿਹੜਾ ਅਜੀਤ ਡੋਭਲ ਹੈ ਉਹ ਆਗੂ ਨੀਗਾ ਜੀ, ਇਹ ਆਈ ਪੀ ਐਸ ਅਫਸਰ ਹੁੰਦਾ ਸੀ, ਫਿਰ ਖੁਫੀਆ ਮਹਿਕਮੇ ਚ ਰਿਹਾ, ਵਿਦੇਸ਼ਾਂ ਵਿਚ ਵੀ ਰਿਹਾ, ਔਰ ਬੜੇ ਇੰਟੈਲੀਜੈਂਟ ਅਫਸਰਾਂ ਵਿਚ ਗਿਣਿਆ ਜਾਂਦਾ। ਜਿੰਨਾ ਇੰਟੈਲੀਜੈਂਟ ਓਨਾ ਇਹ ਹਾਈ ਪ੍ਰੋਫਾਈਲ ਵੀ ਹੈ, ਤੇ ਜਿਹੜਾ ਇੰਟੈਲੀਜੈਂਟ ਵੀ ਹੋਵੇ ਤੇ ਹਾਈ ਪ੍ਰੋਫਾਈਲ ਵੀ ਹੋਵੇ ਉਹਦੇ ਨਾਂ ਨਾਲ ਵਿਵਾਦ ਵੀ ਜੁੜ ਜਾਂਦੇ ਹੁੰਦੇ ਆ। ਸਾਰੀਆਂ ਗੱਲਾਂ ਹੈਗੀਆਂ ਨੇ, ਇਹਦੇ ਨਾਂ ਨਾਲ ਵੀ ਹੈਗੀਆਂ ਨੇ। ਇਹਨੇ ਜਿਹੜੀਆਂ ਗੱਲਾਂ ਆਖੀਆਂ ਉਹ ਠੀਕ ਆ, ਪਾਕਿਸਤਾਨ ਅੱਤਵਾਦੀਆਂ ਨੂੰ ਸ਼ਹਿ ਦੇ ਰਿਹਾ, ਇਹ ਵੀ ਗੱਲ ਠੀਕ ਹੈ ਕਿ ਐਫ ਏ ਟੀ ਐਫ ਦੀ ਮੀਟਿੰਗ ਇਸ ਵੇਲੇ ਚੱਲਦੀ ਪਈ ਆ, ਉਹਦੇ ਚ ਪਾਕਿਸਤਾਨ ਨੂੰ ਜਿਹੜਾ ਉਹ ਗ੍ਰੇ ਲਿਸਟ ਚ ਪਾਇਆ ਜਾ ਸਕਦਾ। ਇਹ ਕੋਈ ਜ਼ਰੂਰੀ ਨਹੀਂ ਪਾ ਹੀ ਦਿੱਤਾ ਜੋ, ਇਹ ਵੀ ਹੋ ਸਕਦਾ ਆਖਰੀ ਵਕਤ ਉਹਦਾ ਬਚਾਅ ਹੋ ਜੇ, ਕਿਉਂਕਿ ਮੀਟਿੰਗ ਦੀ ਪ੍ਰਧਾਨਗੀ ਜਿਹੜਾ ਬੰਦਾ ਕਰ ਰਿਹਾ ਉਹ ਚੀਨ ਦਾ, ਤੇ ਚੀਨ ਵਾਲਿਆਂ ਨਾਲ ਦੀ ਸਾਂਝ ਪਾਕਿਸਤਾਨ ਦੀ ਬਹੁਤ ਪੁਰਾਣੀ, ਇਸ ਕਰਕੇ ਉਹਦਾ ਬਚਾਅ ਵੀ ਹੋ ਸਕਦਾ। ਅਜੇ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਉਹ ਸੱਚੀ ਮੁੱਚੀ ਪਾਇਆ ਜਾਵੇਗਾ, ਪਰ ਇਹ ਗੱਲ ਤਾਂ ਪੱਕੀ ਜਿਹੜੀ ਅਜੀਤ ਡੋਭਲ ਨੇ ਆਖੀ ਹੈ ਕਿ ਇਸ ਦੇਸ਼ ਦੇ ਵਿੱਚ ਅੱਤਵਾਦੀਆਂ ਨੂੰ ਉਸੇ ਤਰ੍ਹਾਂ ਪਨਾਹ ਮਿਲਦੀ ਹੈ ਜਿਵੇਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੁਲਿਸ ਅੰਡਰਵਰਲਡ ਨੂੰ ਪਨਾਹ ਦੇਣ ਲੱਗ ਪਈ ਹੈ। ਤੇ ਜੇ ਇਹ ਟਿੱਕਾ ਉੱਤੇ ਪਾਕਿਸਤਾਨ ਦੇ ਮੱਥੇ ਤੇ ਲੱਗਾ ਰਵੇ, ਅੱਜ ਐਫ ਏ ਟੀ ਐਫ ਤੋਂ ਬਚ ਜਾਏਗਾ, ਅਗਲੀ ਵਾਰੀ ਫਸ ਜਾਏਗਾ। ਇਹਨਾਂ ਨੂੰ ਚਾਹੀਦਾ ਕਿ ਆਪਣੇ ਮੱਥੇ ਤੇ ਲੱਗਾ ਕਲੰਕ ਦਾ ਟਿੱਕਾ ਇਹ ਲਾਉਣ, ਤੇ ਜਦ ਤੱਕ ਇਹ ਕਲੰਕ ਦਾ ਟਿੱਕਾ ਲੜਦਾ ਨਹੀਂ ਉਹਨਾਂ ਚਿਰ ਤੱਕ ਪਾਕਿਸਤਾਨ ਦੀ ਹਕੂਮਤ ਇਹ ਵੀ ਸੀ, ਕੋਈ ਉੱਥੇ ਰਾਜਾ ਹੋਵੇ, ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹੋਵੇ, ਜਿੱਦਾਂ ਚੱਲਦੀ ਆ ਉਸੇ ਤਰ੍ਹਾਂ ਚੱਲਦੀ ਰਹਿਣੀ ਆ, ਤੇ ਬਦਨਾਮੀ ਸਾਰੀ ਦੁਨੀਆਂ ਚ ਇਹਨਾਂ ਦੀ ਹੁੰਦੀ ਰਹਿਣੀ ਆ। ਬਿਹਤਰ ਹੁਣ ਇਹਨਾਂ ਜਿਹੜੇ ਚਾਰ ਫੜੇ ਆ ਉਹਨਾਂ ਚਾਰਾਂ ਬਾਰੇ ਵੀ ਇਹ ਕਿਹਾ ਜਾਂਦਾ ਕਿ ਉਹ ਚਾਰ ਸਿਧਾਂਤਕਾਰੀ ਸੀਗੇ ਜਿਹੜੇ ਪਲੈਨਿੰਗ ਵਾਲੇ ਤੇ ਅੱਗੋਂ ਸਾਰਾ ਕੁਝ ਐਗਜੀਕਿਊਟ ਕਰਾਉਣ ਵਾਲੇ ਹੈਗੇ ਨੇ ਅੱਤਵਾਦੀ, ਉਹ ਐਗਜੀਕਿਊਟ ਕਰਾਉਣ ਵਾਲਿਆਂ ਨੂੰ ਅਜੇ ਤੱਕ ਨਹੀਂ ਪਾਕਿਸਤਾਨ ਹੱਥ ਪਾ ਰਿਹਾ। ਅੱਜ ਅਮਰੀਕਾ ਦੀ ਸਰਕਾਰ ਦੀ ਜਿਹੜੀ ਮੰਤਰੀ ਏਸ਼ੀਆ ਨੂੰ ਤੇ ਇਸ ਸਾਰੇ ਖਿੱਤੇ ਨੂੰ ਡੀਲ ਕਰਦੀ ਹੈ, ਉਹਨੇ ਜ਼ੋਰ ਦੇ ਕੇ ਆਖਿਆ ਕਿ ਜੇ ਪਾਕਿਸਤਾਨ ਚਾਹੁੰਦਾ ਕਿ ਦੁਨੀਆਂ ਦੀ ਮਦਦ ਕਰੇ ਤੇ ਉਹ ਫਿਰ ਹਾਫਿਜ਼ ਸਾਹਿਬ ਦੇ ਉੱਤੇ ਮੁਕੱਦਮਾ ਕਿਉਂ ਨਹੀਂ ਹੁਣ ਤੱਕ ਚਲਾ ਰਿਹਾ ਚਲਾਵੇ। ਉਹਨੇ ਵੀ ਆਖਿਆ ਕਿ ਮੁੰਬਈ ਦਾ ਜਿਹੜਾ ਦਹਿਸ਼ਤਗਰਦ ਹੁੰਦਾ ਸੀ 2008 ਚ, 11 ਸਾਲ ਹੋ ਗਿਆ ਅਜੇ ਤੱਕ ਉਹ ਮੁਕੱਦਮਾ ਵੀ ਕਿਸੇ ਪਾਸੇ ਨਹੀਂ ਲਾਇਆ। ਜਿਹੜੀਆਂ ਗੱਲਾਂ ਅਮਰੀਕਾ ਵਾਲਿਆਂ ਨੇ ਅੱਜ ਆਖੀਆਂ ਉਹ ਕੱਲੇ ਅਮਰੀਕਾ ਵਾਲੇ ਨਹੀਂ ਆਖ ਰਹੇ, ਬਹੁਤ ਸਾਰੇ ਹੋਰ ਦੇਸ਼ ਵੀ ਆਖਣ ਲੱਗ ਪਏ ਆ ਜੀ, ਤੇ ਪਾਕਿਸਤਾਨ ਨੂੰ ਅੱਜ ਨਹੀਂ ਕੱਲ ਸਹੀ ਕਿਸੇ ਨਾ ਕਿਸੇ ਮੋੜ ਦੇ ਉੱਤੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਹੀ ਪੈਣਾ। ਇਸ ਕਰਕੇ ਉੱਥੋਂ ਦੀ ਲੀਡਰਸ਼ਿਪ ਨੂੰ ਇਸ ਗੱਲ ਇਹਦੇ ਵਾਸਤੇ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਕਿ ਹੁਣ ਸਾਰੀ ਦੁਨੀਆਂ ਨੂੰ ਬਹੁਤੀ ਦੇਰ ਤੱਕ ਬੇਵਕੂਫ ਨਹੀਂ ਬਣਾ ਸਕਦੇ ਜੀ। ਪੰਨ ਸਾਹਿਬ, ਨਾਲ ਹੀ ਬੇਵਕੂਫ ਬਣਾਉਣ ਤੋਂ ਗੱਲ ਜ਼ਿਆਦਾ ਗਈ ਹੈ ਜੀ, ਹੁਣ ਤਾਂ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕੂੜਾ ਕਚਰਾ ਕਿਤੇ ਵੀ ਨਹੀਂ ਰਹਿਣਾ,
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਿਹੜੇ ਉਹ ਵੀ ਸੈਰ ਕਰਨ ਤਾਂ ਵੀ ਕੂੜਾ ਚੁੱਕੀ ਜਾਂਦੇ ਹੁੰਦੇ ਆ। ਪ੍ਰਧਾਨ ਮੰਤਰੀ ਨੇ ਬਹੁਤ ਨੀਵੇਂ ਪੱਧਰ ਦੀ ਜਿਹੜੀ ਪੇਸ਼ਕਾਰੀ ਕੀਤੀ ਆ ਜੀ, ਮੈਨੂੰ ਨੀ ਪਤਾ ਸੁਖਦੇਵ ਜੀ ਤੁਸੀਂ ਕਿੰਨੇ ਦੇਸ਼ਾਂ ਚ ਗਏ ਹੋ ਤੇ ਕਿੰਨੇ ਦੇਸ਼ਾਂ ਦੇ ਸਮੁੰਦਰ ਵੇਖੇ ਜੀ। ਮੈਂ ਆਪਣੇ ਦੇਸ਼ ਦਾ ਸਮੁੰਦਰ ਵੀ ਵੇਖਿਆ ਹੋਇਆ, ਦੋ ਤਿੰਨ ਥਾਵਾਂ ਤੋਂ ਵੇਖਿਆ, ਤੇ ਮੈਂ ਵਿਦੇਸ਼ਾਂ ਵਿਚ ਜਾ ਕੇ ਵੀ ਵੇਖਿਆ। ਜਿਹੜੇ ਸਾਡੇ ਵਾਲੇ ਸਮੁੰਦਰ ਨੇ ਇਹਨਾਂ ਦੇ ਉੱਤੇ ਤਾਂ ਬਹੁਤ ਗੰਦ ਹੁੰਦਾ ਕੰਢਿਆਂ ਤੇ ਬੀਚ ਤੇ, ਤੇ ਜਿਹੜੇ ਵਿਦੇਸ਼ਾਂ ਵਾਲੇ ਆ, ਹੁਣ ਅਸੀਂ ਇੰਗਲੈਂਡ ਨੂੰ ਵੇਲਸ ਨੂੰ ਉਹਨਾਂ ਨੂੰ ਤੇ ਗੰਦੇ ਨੀ ਕਹਿ ਸਕਦੇ, ਕੈਨੇਡਾ ਆਸਟ੍ਰੇਲੀਆ ਨੂੰ ਉਹਨਾਂ ਨੂੰ ਤੇ ਗੰਦੇ ਨੀ ਕਹਿ ਸਕਦੇ, ਨਿਊਜ਼ੀਲੈਂਡ ਨੂੰ ਤੇ ਅਸੀਂ ਗੰਦੇ ਨੀ ਕਹਿ ਸਕਦੇ। ਮੈਂ ਉਹਨਾਂ ਦੇਸ਼ਾਂ ਦੇ ਸਮੁੰਦਰ ਕੰਢੇ ਜਾ ਕੇ ਵੇਖਿਆ ਜੀ, ਉੱਥੇ ਵੀ ਜੇ ਬੰਦਾ ਗੰਦ ਚੁਣ ਲੱਗ ਪਵੇ ਤੇ ਹਰ ਦੋ ਤਿੰਨ ਕਰਮਾਂ ਅੱਗੇ ਕੁਛ ਨਾ ਕੁਛ ਡਿੱਗਾ ਲੱਭ ਜਾਂਦਾ ਜੀ। ਇੱਥੇ ਸਾਡਾ ਪ੍ਰਧਾਨ ਮੰਤਰੀ ਤੁਰਦਾ ਇੱਕ ਚੀਜ਼ ਫੜਦਾ, ਫਿਰ ਪੰਜ ਦਸ ਗਜ਼ ਅੱਗੇ ਜਾ ਕੇ ਇੱਕ ਚੀਜ਼ ਹੋਰ ਮਿਲਦੀ ਹੈ ਉਹ ਫੜਦਾ, ਫਿਰ ਪੰਜ ਦਸ ਗਜ਼ ਅੱਗੇ ਜਾ ਕੇ ਹੋਰ ਮਿਲਦੀ ਹੈ। ਮੈਂ ਉਹ ਸਾਰੀ ਵੀਡੀਓ ਵੇਖ ਕੇ ਜਿਹੜੀ ਟੀਵੀ ਉੱਤੇ ਪੇਸ਼ ਕੀਤੀ ਗਈ ਸੀ ਜੀ, ਤੇ ਸੋਚਦਾ ਰਿਹਾ ਕਿ ਪ੍ਰਧਾਨ ਮੰਤਰੀ ਕਿਹੜੇ ਬੀਚ ਤੇ ਚਲਾ ਗਿਆ ਜਿੱਥੇ ਗੰਦ ਹੀ ਇੰਨੀ ਨੂੰ ਗੰਦ ਇੱਕ ਚੀਜ਼ ਚੁੱਕਣ ਵਾਸਤੇ ਕੋਈ ਲਿਫਾਫਾ ਚੁੱਕਣ ਵਾਸਤੇ ਦਸ ਦਸ ਪੰਦਰਾਂ ਪੰਦਰਾਂ ਫੁੱਟ ਅੱਗੇ ਜਾਣਾ ਪੈ ਰਿਹਾ ਜੀ, ਇੱਥੇ ਬੀਚ ਬੜਾ ਸਾਫ ਹੈ। ਬਾਅਦ ਵਿੱਚ ਗੱਲ ਆਈ ਕਿ ਪਹਿਲਾਂ ਤੈਅ ਹੋ ਗਿਆ ਸੀ ਕਿ ਕੱਲ ਪ੍ਰਧਾਨ ਮੰਤਰੀ ਜੀ ਇਸ ਬੀਚ ਦੇ ਉੱਤੇ ਜਾਣਗੇ, ਪਹਿਲਾਂ ਆਪਣਾ ਧਿਆਨ ਲਾਉਣਗੇ, ਯੋਗਾ ਕਰਨਗੇ, ਸਮਾਧੀ ਲਾਉਣਗੇ, ਫਿਰ ਇਸ ਤੋਂ ਬਾਅਦ ਸਫਾਈ ਕਰਨਗੇ, ਕਿਉਂਕਿ ਪ੍ਰਧਾਨ ਮੰਤਰੀ ਨੇ ਜਿੱਥੇ ਜਾਣਾ ਹੋਵੇ ਜੀ ਉੱਥੇ ਕਈ ਕਿਸਮ ਦੀਆਂ ਸੁਰੱਖਿਆ ਦੀਆਂ ਐਕਸਰਸਾਈਜ਼ ਚੱਲਦੀਆਂ ਨੇ, ਐਂਟੀ ਬੰਬ ਸਕੁਐਡ ਆ ਕੇ ਸਭ ਕੁਝ ਵੇਖਦਾ, ਉਹ ਸਾਰੇ ਆਏ ਵੇਖ ਕੇ ਰੇਤ ਦਾ ਇੱਕ ਇੱਕ ਚੱਪਾ ਚੱਪਾ ਫੋੜਿਆ ਗਿਆ ਜੀ, ਸਾਰੀ ਸਫਾਈ ਕੀਤੀ ਗਈ, ਜਿਹੜਾ ਕਚਰਾ ਉੱਥੋਂ ਇਕੱਠਾ ਕੀਤਾ ਗਿਆ, ਉਸ ਕਚਰੇ ਨੂੰ ਸਿਕਿਉਰਿਟੀ ਏਜੰਸੀਆਂ ਨੇ ਮੈਟਲ ਡਿਟੈਕਟਰਾਂ ਦੇ ਨਾਲ ਚੈੱਕ ਕੀਤਾ ਵੀ ਕਿਹੋ ਜਿਹੀ ਚੀਜ਼ ਤਾਂ ਹੈ ਨੀ। ਜਦੋਂ ਸਾਰਾ ਕੁਛ ਹੋ ਗਿਆ ਜੀ, ਉਹਦੇ ਤੋਂ ਬਾਅਦ ਫਿਰ ਇਹ ਫੋਟੋ ਲੱਥੀਆਂ ਆਉਂਦੀਆਂ ਪਈਆਂ ਨੇ ਕਿ ਕੁਝ ਉਚੇਚੇ ਬੰਦਿਆਂ ਨੂੰ ਭੇਜਿਆ ਗਿਆ ਮੈਨੇਜ ਕਰਕੇ ਕਿ ਤੁਸੀਂ ਜਾਓ ਥੋੜਾ ਜਿਹਾ ਗੰਦ ਖਿਲਾਰਨਾ, ਬਹੁਤਾ ਵੀ ਨਾ ਖਿਲਰ ਜਾਵੇ, ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਉੱਥੇ ਸਫਾਈ ਕਰਨੀ ਜੀ। ਇਦੋਂ ਅਗਲੀ ਗੱਲ ਇਹ ਸੀ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਤੇ ਉਹਨਾਂ ਨੇ ਸਫਾਈ ਕਰਨੀ ਸੀ, ਉਹਦੇ ਤੋਂ ਪਹਿਲਾਂ ਦੇਸੀ ਤੇ ਵਿਦੇਸ਼ੀ ਕੈਮਰਾ ਟੀਮਾਂ ਸਾਰੀਆਂ ਨੂੰ ਆਖਿਆ ਗਿਆ ਤੁਸੀਂ ਪਹੁੰਚ ਜਾਓ ਜੀ। ਹੁਣ ਕੈਮਰਾ ਟੀਮਾਂ ਤੇ ਪ੍ਰਧਾਨ ਮੰਤਰੀ ਨੂੰ ਦੂਰੋਂ ਖਲੋ ਕੇ ਵੇਖਦੀਆਂ ਸੀ, ਤੇ ਉਹ ਪ੍ਰਧਾਨ ਮੰਤਰੀ ਨੂੰ ਵੇਖਣ ਵਾਲੀਆਂ ਕੈਮਰਾ ਟੀਮਾਂ ਨੂੰ ਵੇਖਣ ਵਾਲੇ ਹੋਰ ਸੀਗੇ। ਇੱਕ ਉਹ ਸਾਡੇ ਪੰਜਾਬੀ ਚ ਗਾਣਾ ਚੱਲਦਾ ਹੁੰਦਾ, ਮੇਲਾ ਵੇਖਦੀ ਹੈ ਮੁਟਿਆਰੇ ਤੈਨੂੰ ਮੇਲਾ ਵੇਖਦਾ, ਬਿਲਕੁਲ ਜੀ, ਦੋਨੇ ਕੁੜੀ ਮੇਲੇ ਚ ਚਲੀ ਗਈ, ਉਹ ਮੇਲਾ ਵੇਖਦੀ ਸੀ ਤੇ ਸਾਰੇ ਮੇਲੇ ਦੇ ਲੋਕ ਉਹਨੂੰ ਵੇਖਦੇ ਸੀ। ਇੱਥੇ ਪ੍ਰਧਾਨ ਮੰਤਰੀ ਸਾਹਿਬ ਜੋ ਕਰਦੇ ਸੀ ਉਹਨਾਂ ਨੂੰ ਵੇਖਣ ਵਾਸਤੇ ਦਸ ਬਾਰਾਂ ਕੈਮਰਿਆਂ ਵਾਲੇ ਲਾਏ ਸੀ ਜੀ, ਤੁਸੀਂ ਵੇਖਿਓ ਨਾਲ ਦੀ ਨਾਲ ਰਿਕਾਰਡਿੰਗ ਕਰਿਓ, ਤੇ ਕੈਮਰਿਆਂ ਵਾਲਿਆਂ ਨੂੰ ਵੇਖਣ ਵਾਸਤੇ ਕੋਈ ਬੰਦਾ ਹੋਰ ਪਿੱਛੇ ਲੁਕਿਆ ਬੈਠਾ ਸੀ ਜੀ, ਉਹਨੇ ਸਾਰੀਆਂ ਫੋਟੋ ਪਾਤੀਆਂ ਕਿ ਏਦਾਂ ਏਦਾਂ ਆਹ ਕੁਛ ਹੋਇਆ। ਇਹਦੇ ਨਾਲ ਪ੍ਰਧਾਨ ਮੰਤਰੀ ਦੀ ਕਿੰਨੀ ਇੱਜ਼ਤ ਬਣਦੀ ਜੀ, ਜੇ ਉਹਨੇ ਆਪਣੀ ਫੈਨ ਫਾਲੋਇੰਗ ਵਧਾਉਣੀ ਹੋਵੇ ਤੇ ਉਹ ਤੇ ਵੈਸੇ ਹੀ ਉਹਦੀ ਇਸ ਵੇਲੇ ਕਰੋੜਾਂ ਨੂੰ ਟੱਪੀ ਪਈ ਹੈ ਜੀ, ਜੇ ਉਹਨੇ ਆਪਣਾ ਆਧਾਰ ਰੱਖਣਾ ਹੋਵੇ ਨਿਰਾ ਝੂਠ ਬੋਲ ਕੇ ਵੀ ਆਧਾਰ ਤਾਂ ਬਣਿਆ ਪਿਆ। ਤੁਸੀਂ ਅੱਜ ਸ਼ਾਮ ਨੂੰ ਬਿਆਨ ਪੜ੍ਹਿਆ ਦੇਸ਼ ਦੀ ਖਜ਼ਾਨਾ ਮੰਤਰੀ ਜਿਹੜੀ ਹੈ ਜੀ ਨਿਰਮਲਾ ਸੀਤਾਰਮਨ, ਇਹਦੇ ਹਸਬੈਂਡ ਨੇ ਕੀ ਆਖਿਆ, ਉਹ ਬਹੁਤ ਵੱਡਾ ਇਕਾਨੋਮਿਸਟ ਹੈ, ਆਰਥਿਕ ਮਾਹਰ ਹੈ ਜੀ, ਉਹਦਾ ਲੇਖ ਇੱਕ ਅਖਬਾਰ ਚ ਛਪਿਆ, ਉਹਦੇ ਵਿਚ ਉਹਨੇ ਲਿਖਿਆ ਅੱਜ ਕਿ ਭਾਜਪਾ ਵੜਿਆਂ ਨੇ ਅੱਜ ਤੱਕ ਸਿਰਫ ਇੱਕੋ ਕੰਮ ਰੱਖਿਆ ਕਿ ਨਹਿਰੂ ਦੀਆਂ ਤੇ ਉਸ ਤੋਂ ਬਾਅਦ ਦੀਆਂ ਕਾਂਗਰਸੀ ਨੀਤੀਆਂ ਨੂੰ ਰਿਜੈਕਟ ਕਰਦੇ ਜਾਓ ਜੀ, ਪਰ ਆਪਣੀ ਨੀਤੀ ਇਹਨਾਂ ਨੇ ਕਦੇ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਇਹਨਾਂ ਨੂੰ ਨਾ ਇਹਨਾਂ ਕੋਲ ਨੀਤੀ ਹੈ ਤੇ ਨਾ ਭਰੋਸਾ ਹੈ ਕਿ ਅਸੀਂ ਨੀਤੀ ਦੇ ਸਕਦੇ ਹਾਂ। ਇਹੀ ਕਾਰਨ ਹੈ ਕਿ ਇਸ ਸਾਲ ਦੀਆਂ ਪਾਰਲੀਮੈਂਟ ਚੋਣਾਂ ਦੇ ਵਿਚ ਇਹਨਾਂ ਨੇ ਆਰਥਿਕ ਮੰਦੇ ਦੀ ਬਹਿਸ ਨਹੀਂ ਹੋਣ ਦਿੱਤੀ ਤੇ ਰਾਜਨੀਤਿਕ ਮਾਮਲੇ ਤੇ ਰਾਸ਼ਟਰਵਾਦ ਦਾ ਮੁੱਦਾ ਉਭਾਰਿਆ, ਇਹ ਮੈਂ ਨਹੀਂ ਕਹਿੰਦਾ, ਨਿਰਮਲਾ ਸੀਤਾਰਮਨ ਦਾ ਹਸਬੈਂਡ ਕਹਿੰਦਾ ਜੀ। ਤੋੜਾ ਉਹਨੇ ਇੱਥੇ ਜਾ ਕੇ ਝਾੜਿਆ ਕਿ ਜੇ ਸਰਕਾਰ ਨੇ ਦੇਸ਼ ਨੂੰ ਮੰਦੇ ਤੋਂ ਬਚਾਉਣਾ ਤੇ ਨਰਸਿਮਹਾ ਰਾਓ ਤੇ ਮਨਮੋਹਨ ਸਿੰਘ ਵਾਲੀਆਂ ਆਰਥਿਕ ਨੀਤੀਆਂ ਨੂੰ ਚੁੱਕ ਲਵੇ, ਨਹੀਂ ਤੇ ਦੇਸ਼ ਨਹੀਂ ਬਚਣਾ ਜੀ।
ਤੁਹਾਨੂੰ ਹੈਰਾਨੀ ਨੀ ਹੁੰਦੀ ਕਿ ਦੇਸ਼ ਦੀ ਖਜ਼ਾਨਾ ਮੰਤਰੀ ਤੇ ਕਹਿੰਦੀ ਹੈ ਕਿ ਦੇਸ਼ ਮੰਦੀ ਨੀ ਜੀ, ਤੇ ਖਜ਼ਾਨਾ ਮੰਤਰੀ ਬੀਬੀ ਦਾ ਆਪਣਾ ਹਸਬੈਂਡ ਇਹ ਕਹਿ ਰਿਹਾ ਕਿ ਇਹਨਾਂ ਦੇ ਕੋਲ ਕੋਈ ਨੀਤੀਆਂ ਹੀ ਨੀਗੀਆਂ। ਜਦੋਂ ਕਹਿੰਦਾ ਇਹਨਾਂ ਕੋਲ ਨੀਤੀਆਂ ਕੋਈ ਨੀ, ਨਰਿੰਦਰ ਮੋਦੀ ਸਰਕਾਰ ਕੋਲ ਨੀਤੀਆਂ ਨਹੀਂ, ਤੇ ਫਿਰ ਸਾਫ਼ ਲਫ਼ਜ਼ਾਂ ਚ ਇਹ ਕਹਿੰਦਾ ਕਿ ਮੇਰੀ ਘਰਵਾਲੀ ਕੋਲ ਵੀ ਨੀਤੀਆਂ ਨੀ, ਹੋਰ ਕੀ ਕਹਿ ਰਹੇ ਹੋ ਜੀ। ਉਹ ਇਹ ਵੀ ਕਹਿੰਦਾ ਕਿ ਦੇਸ਼ ਨੂੰ ਬਚਾਉਣਾ ਤੇ ਮਨਮੋਹਨ ਸਿੰਘ ਤੇ ਨਰਸਿਮਹਾ ਰਾਓ ਦੀਆਂ ਨੀਤੀਆਂ ਲਿਆਓ। ਜਦੋਂ ਇਹ ਹਾਲਤ ਹੋਵੇ ਕਿ ਸਾਰਾ ਕੁਛ ਗਰਕ ਹੋਇਆ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਫੈਨ ਫਾਲੋਇੰਗ ਇੰਨੀ ਹੋਵੇ ਕਿ ਗਿਣੀ ਨੀ ਜਾਂਦੀ, ਕਰੋੜਾਂ ਨੂੰ ਟੱਪੀ ਪਈ ਹੋਵੇ ਜੀ, ਉਦੋਂ ਇਹੋ ਜਿਹੇ ਛੋਟੇ ਮੋਟੇ ਜੇ ਕੰਮਾਂ ਚ ਪੈਣ ਦੀ ਇਹਨੂੰ ਲੋੜ ਨੀ ਕਿ ਸਫਾਈ ਦਾ ਕੰਮ ਕਰ ਦਿਓ, ਫਲਾਨਾ ਕਰ ਦਿਓ। ਇਹ ਵਿਹਲੇ ਵੇਲੇ ਦੇ ਚੌਂਚਲੇ ਹੁੰਦੇ ਆ। ਜਦੋਂ ਪਹਿਲੇ ਸਾਰੇ ਪ੍ਰਧਾਨ ਮੰਤਰੀ ਬਣਿਆ ਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਉੱਤੇ ਬਥੇਰਾ ਨਾਟਕ ਹੋ ਗਿਆ ਸੀ ਜੀ। ਉਦੋਂ ਇਹਨੇ ਸਫਾਈ ਅਭਿਆਨ ਚਲਾਇਆ, ਮਹਾਤਮਾ ਗਾਂਧੀ ਦੀ ਸਮਾਧੀ ਤੇ ਜਾ ਕੇ ਸ਼ਹਿਰ ਦੇ ਮਹਿੰਗੇ ਸਕੂਲਾਂ ਦੇ ਬੱਚੇ ਸੱਦੇ, ਉਹ 2-3 ਘੰਟੇ ਬੈਠੇ ਸੀ, ਉਹਨਾਂ ਨੂੰ ਚਾਹ ਪਾਣੀ ਵੀ ਉੱਥੇ ਵਰਤਾਇਆ ਗਿਆ, ਪਕੌੜੇ ਵੀ ਦਿੱਤੇ ਗਏ। ਜਦੋਂ ਪੜ੍ਹੇ ਲਿਖੇ ਬੱਚੇ ਚਲੇ ਗਏ, ਇਹਦੇ ਕੋਲ ਸਹੁੰ ਖਾ ਕੇ ਗਿਆ ਕਿ ਸਫਾਈ ਅਭਿਆਨ ਚਲਾਵਾਂਗੇ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਡਿਸਪੋਜੇਬਲ ਕੱਪ ਪਲੇਟਾਂ ਇਕੱਠੇ ਕਰਨ ਦੇ ਉੱਤੇ ਮਿਊਂਸਪਲ ਕਾਰਪੋਰੇਸ਼ਨ ਦੇ ਸਫਾਈ ਸੇਵਕਾਂ ਨੂੰ 3 ਘੰਟੇ ਲੱਗੇ ਸੀ। ਤੇ ਫਿਰ ਹੁਣ ਆਹ ਸਾਰਾ ਕੁਝ ਕਰਨ ਦੀ ਕੀ ਲੋੜ ਸੀ, ਨਹੀਂ ਸੀ ਕਰਨਾ ਚਾਹੀਦਾ। ਪੰਚ ਸਾਹਿਬ, ਜਦੋਂ ਹੁਣ ਸਫਾਈ ਮੁਹਿੰਮ ਦੀ ਗੱਲ ਕਰ ਲਈ, ਆਰਥਿਕਤਾ ਦੀ ਗੱਲ ਕਰ ਲਈ, ਨਾਲ ਦੇਸ਼ ਦੀ ਜੀ ਡੀ ਪੀ ਦੀ ਹੈ ਜਿਹੜੀ, ਇਹਦੀ ਤਾਂ ਚਰਚਾ ਹੀ ਵਾਹਵਾ ਹੋਈ ਜਾਂਦੀ ਹੈ। ਕਹਿੰਦੇ ਹੁਣ ਨੇਪਾਲ ਤੋਂ ਵੀ ਇਸ ਦਾ ਪਿੱਛੇ ਰਹਿ ਜਾਣਾ ਤੇ ਬੰਗਲਾਦੇਸ਼ ਵੀ ਮੂਹਰੇ ਲੰਘ ਜਾਓ। ਮੈਂ ਹੁਣੇ ਤੁਹਾਨੂੰ ਦੱਸ ਦਿੱਤਾ ਕਿ ਦੇਸ਼ ਦੀ ਖਜ਼ਾਨਾ ਮੰਤਰੀ ਬੀਬੀ ਦਾ ਪਤੀ ਕੀ ਕਹਿੰਦਾ ਜੀ। ਬਿਲਕੁਲ, ਔਰ ਉਹ ਇਕਾਨੋਮਿਸਟ ਹੈ, ਆਪਣੀ ਪਤਨੀ ਨਾ ਵੱਡਾ ਇਕਾਨੋਮਿਸਟ ਹੈ। ਉਹ ਬੀਬੀ ਤਾਂ ਰਾਜਨੀਤੀ ਚ ਆ ਗਏ, ਇੱਕ ਪਾਰਟੀ ਦੀ ਸਪੋਕਸ ਪਰਸਨ ਬਣੀ, ਫਿਰ ਮੰਤਰੀ ਬਣ ਗਏ, ਰਾਜ ਮੰਤਰੀ ਤੋਂ ਬਾਅਦ ਮੁੜ ਕੇ ਕੈਬਨਿਟ ਮੰਤਰੀ ਬਣ ਗਏ। ਪਰ ਉਸ ਬੰਦੇ ਨੂੰ ਕੋਈ ਮਿਨਿਸਟਰੀ ਦਾ ਚਾਅ ਨਹੀਂ, ਉਹ ਇਕਾਨਮੀ ਤੱਕ ਆਪਣੇ ਆਪ ਨੂੰ ਸੀਮਿਤ ਰੱਖਦਾ। ਤੇ ਜੇ ਉਹਨੇ ਵੀ ਸਭ ਕੁਛ ਕਹਿ ਦਿੱਤਾ, ਵਰਲਡ ਬੈਂਕ ਕਹਿ ਰਹੀ, ਇੰਟਰਨੈਸ਼ਨਲ ਮੋਨੀਟਰੀ ਫੰਡ ਕਹਿ ਰਿਹਾ, ਸਾਰੀ ਦੁਨੀਆਂ ਦੀਆਂ ਏਜੰਸੀਆਂ ਕਹਿ ਰਹੀਆਂ ਨੇ ਕਿ ਭਾਰਤ ਵਿਚ ਜਿਹੜੀ ਇਕਨੋਮਿਕ ਗਰੋਥ ਹੈ ਉਹ ਡਿੱਗ ਰਹੀ ਆ, ਕੁਛ ਨੀ ਪੱਲੇ। ਇਹ ਕਹਿੰਦੇ ਅਸੀਂ ਅੱਗੇ ਜਾ ਰਹੇ, ਅੱਗੇ ਕਿਸ ਤਰ੍ਹਾਂ ਜਾ ਰਹੇ ਨੇ? ਸੈਕੰਡ ਵਰਲਡ ਵਾਰ ਦੇ ਵਿਚ ਰੋਜ਼ ਖਬਰਾਂ ਆਉਂਦੀਆਂ ਸੀ, ਫਲਾਨਾ ਦੇਸ਼ ਹਿਟਲਰ ਨੇ ਦੱਬ ਲਿਆ ਜੀ, ਤੇ ਰੋਜ਼ ਜਿਹੜਾ ਇੱਥੋਂ ਵਾਲਾ ਰੇਡੀਓ ਸੀ, ਉਦੋਂ ਟੀਵੀ ਤੇ ਹੁੰਦੇ ਨੀ, ਰੇਡੀਓ ਤੇ ਇਹ ਦੱਸਿਆ ਜਾਂਦਾ ਹੁੰਦਾ ਸੀ ਕਿ ਇੰਗਲਿਸ਼ ਫੌਜਾਂ ਬਰਤਾਨੀਆ ਦੀਆਂ ਅੱਗੇ ਵੱਧ ਗਈਆਂ ਜੀ, ਤੇ ਉਦੋਂ ਇੱਕ ਨਾਰਾ ਚੱਲ ਪਿਆ ਸੀ, ਕਦਮ ਇੰਗਲਿਸ਼ ਕੇ ਬਰਤੇ ਹੈ, ਫਤਿਹ ਜਰਮਨ ਕੀ ਹੋਤੀ ਹੈ ਜੀ। ਇਹੋ ਹਾਲਤ ਅੱਜ ਬਣੀ ਪਈ ਹੈ। ਇਹ ਕਹਿੰਦੇ ਅਸੀਂ ਤਰੱਕੀ ਕਰ ਰਹੇ ਹਾਂ, ਇਹ ਤਰੱਕੀ ਕਿੱਦਾਂ ਦੀ ਤਰੱਕੀ ਹੈ ਜਿਹਦੇ ਵਿਚ ਸਾਰੇ ਹੀ ਅੰਕੜੇ ਜਿਹੜੇ ਇਹਨਾਂ ਦੇ ਖਿਲਾਫ ਜਾ ਰਹੇ? ਜਿਹੜੀ ਏਜੰਸੀ ਬੋਲਦੀ ਉਹ ਹੀ ਕਹਿੰਦੀ ਹੈ ਜੀ ਦੇਸ਼ ਤਰੱਕੀ ਨਹੀਂ ਹੋ ਰਹੀ, ਸਭ ਕੁਛ ਠੱਪ ਹੋਇਆ ਪਿਆ। ਜਦੋਂ ਮਾਰੂਤੀ ਕੰਪਨੀਆਂ ਬਣੀਆਂ ਗੱਡੀਆਂ ਵਿਕ ਨਹੀਂ ਰਹੀਆਂ, ਆ ਹੁਣ ਉਹਨਾਂ ਇੱਕ ਨਵਾਂ ਮਾਡਲ ਕੱਢਿਆ ਤੇ ਉਹਦੀ ਸੇਲ ਜ਼ਰੂਰ ਹੋਈ ਆ ਜੀ। ਜਦੋਂ ਅਸ਼ੋਕ ਲੇਲੈਂਡ ਜਿਹੜੀ ਆ ਉਹਦਾ ਮਾਲ ਵਿਕਣਾ ਬੰਦ ਹੋਇਆ, ਕਈ ਹੋਰ ਕੰਪਨੀਆਂ ਜਿਹੜੀਆਂ ਨੇ ਉਹ ਕਹਿੰਦੀਆਂ ਕਿ ਸਾਡਾ ਮਾਲ ਨਹੀਂ ਵਿਕ ਰਿਹਾ, ਸਾਰੇ ਪਾਸੇ ਤੋਂ ਮੰਦਾ। ਇਹ ਜਦੋਂ ਇਹ ਕਹਿੰਦੇ ਪਏ ਕਿ ਸਾਡੇ ਤੋਂ ਏਅਰ ਇੰਡੀਆ ਨਹੀਂ ਚੱਲਦੀ ਤੇ ਨਿੱਜੀਕਰਨ ਕਰ ਦੇਣਾ, ਅਸੀਂ ਪ੍ਰਾਈਵੇਟ ਥਾਂ ਚ ਦੇ ਦੇਣੀ ਆ, ਜਦੋਂ ਇਹ ਖਬਰ ਆਉਂਦੀ ਆ ਇੱਕੋ ਦਿਨ ਕਿ 100 ਤੋਂ ਵੱਧ ਪਾਇਲਟ ਜਿਹੜੇ ਆ ਏਅਰ ਇੰਡੀਆ ਨੂੰ ਛੱਡ ਰਹੇ ਆ, ਤੇ ਫਿਰ ਜਿਹੜੀ ਇਕਨੋਮਿਕ ਗਰੋਥ ਦੀਆਂ ਗੱਲਾਂ ਇਹ ਕਰਦੇ ਉਹ ਕਿੱਥੇ ਕੁ ਲੁਕੀ ਪਈ ਆ ਜੀ। ਉਸ ਗਰੋਥ ਦਾ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਡੀ ਸਰਕਾਰ ਕਹਿੰਦੀ ਕਿ ਗਰੋਥ ਬੜੀ ਹੋ ਰਹੀ, ਉਹ ਕਿੱਥੇ ਕੁ ਹੋ ਰਹੀ ਹੈ? ਉਹ ਕੋਈ ਗਰੋਥ ਨਹੀਂ ਦਿਸ ਰਹੀ, ਕਾਗਜ਼ਾਂ ਦੇ ਵਿੱਚ ਹੀ ਇਹ ਗੱਲੀ ਬਾਤੀ ਸਭ ਕੁਝ ਕਰੀ ਕੁਰੀ ਜਾਂਦੇ ਪਏ ਆ, ਤੇ ਉਹਦੀ ਇੱਕ ਹੱਦ ਹੁੰਦੀ ਹੈ, ਜਦੋਂ ਉਸ ਹੱਦ ਤੇ ਚੱਲ ਜਾਵੇ ਫਿਰ ਲੋਕਾਂ ਨੂੰ ਪਤਾ ਲੱਗਣ ਲੱਗ ਪੈਂਦਾ ਕਿ ਇਹ ਹਵਾਈ ਗੁਬਾਰਾ ਜੀ, ਇਸ ਵੇਲੇ ਅਸੀਂ ਉਸ ਹਵਾਈ ਗੁਬਾਰੇ ਤੇ ਸਵਾਰ ਆ ਜਿਹੜਾ ਕਿਸੇ ਸਿਰੇ ਨਹੀਂ ਲਾਉਣ ਵਾਲਾ ਜੀ। ਔਰ ਪੰਨੂ ਸਾਹਿਬ, ਗਾਹਾਂ ਵਾਲੀ ਗੱਲ ਉਹ ਵੀ ਧਿਆਨ ਮੰਗਦੀ ਆ ਸਾਡਾ, ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਦਿਨਾਂ 'ਚ ਹੋ ਰਹੀਆਂ ਅਤੇ ਉਸ ਦੇ ਉੱਤੇ ਸਿਆਸਤ ਹੈ ਕਿੱਡੇ ਵੱਡੇ ਪੱਧਰ 'ਤੇ ਹੈ, ਧਾਰਾ 370 ਇਹਦੀ ਚਰਚਾ ਵੱਡੇ ਪੱਧਰ 'ਤੇ ਹੈ। ਔਰ ਹੁਣ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਹਾ ਕਿ ਵਿਰੋਧੀ ਧਿਰ 'ਚ ਜੇ ਹਿੰਮਤ ਹੈ ਤਾਂ ਧਾਰਾ 370 ਵਾਪਸ ਕਰਨ ਦੇ ਉੱਤੇ ਬਿਆਨ ਦਿਓ। ਦੇਖੋ, ਉਹਨੂੰ ਇਸ ਗੱਲ ਦਾ ਪਤਾ ਕਿ ਦੇਸ਼ ਦੀ ਬਹੁਗਿਣਤੀ ਜਿਹੜੀ ਹੈ, ਬਹੁਗਿਣਤੀ ਧਰਮ ਜਿਹੜਾ ਜੀ, ਉਹਦੇ ਮਨ ਵਿਚ ਇੱਕ ਭਾਵਨਾ ਬਣ ਚੁੱਕੀ ਹੈ ਕਿ ਧਾਰਾ 370 ਜਿਹੜੀ ਆ, ਪਤਾ ਨੀ ਜੰਮੂ ਕਸ਼ਮੀਰ ਨੂੰ ਕਈ ਦੇ ਜਾਂਦੀ ਹੈ, ਜੰਮੂ ਕਸ਼ਮੀਰ ਵਾਸਤੇ ਧਾਰਾ 370 ਦੇ ਨਾਲ ਵਿਸ਼ੇਸ਼ ਹੱਕ ਹੈਗੇ ਸੀ,
ਉਹ ਇਹਨਾਂ ਨੇ ਖਤਮ ਕਰਤੇ। ਜਿਹੜੇ ਲੋਕ ਕਹਿੰਦੇ ਸੀ ਅਸੀਂ ਵਿਸ਼ੇਸ਼ ਹੱਕ ਦਿੱਤੇ, ਉਹਨਾਂ ਨੇ ਵਿਸ਼ੇਸ਼ ਹੱਕ ਹੀ ਦਿੱਤੇ, ਉੱਥੇ ਵਿਕਾਸ ਤੇ ਕੋਈ ਕੀਤਾ ਨੀ, ਉੱਥੋਂ ਦੇ ਲੋਕਾਂ ਨੂੰ ਮਿਲਿਆ ਕੀ ਹੈ ਹੁਣ ਤੱਕ? ਕੁਛ ਵੀ ਨੀ। ਆਪੋ ਆਪਣੀ ਥਾਂ ਉਹ ਗਰੀਬੀ ਅੱਗੇ ਵਧਾਉਂਦੇ ਸੀ, ਉਹ ਹੁਣ ਵਧਾਉਂਦੇ ਪਏ ਨੇ। ਇਹਨਾਂ ਨੇ ਤੋੜ ਦਿੱਤੀ ਆ ਧਾਰਾ 370 ਤੇ ਮਿਲਿਆ ਹੁਣ ਵੀ ਕੱਖ ਨੀ। ਨਾ ਉਹਨਾਂ ਨੂੰ ਧਾਰਾ 370 ਦਾ ਫਾਇਦਾ ਸੀ, ਨਾ ਉਹਨਾਂ ਨੂੰ ਧਾਰਾ 370 ਹਟਣ ਦਾ ਕੋਈ ਬਹੁਤਾ ਜ਼ਿਆਦਾ ਨੁਕਸਾਨ ਹੋਇਆ। ਸਿਆਸੀ ਪਾਰਟੀਆਂ ਜੇ ਇਸ ਮੋੜ ਦੇ ਉੱਤੇ ਇਹੋ ਜਿਹਾ ਮੁੱਦਾ ਚੁੱਕਣਗੀਆਂ ਤੇ ਘਾਟੇ ਚ ਰਹਿਣਗੀਆਂ, ਵੇਖਣਾ ਚਾਹੀਦਾ ਕਿ ਦੇਸ਼ ਦੀ ਜਿਹੜੀ ਬਹੁ ਗਿਣਤੀ ਆ ਉਹ ਕੀ ਸੋਚਦੀ ਪਈ ਆ। ਇਹੀ ਕਾਰਨ ਹੈ ਕਿ ਪਾਰਲੀਮੈਂਟ ਵਿਚ ਭਾਵੇਂ ਕਾਂਗਰਸ ਪਾਰਟੀ ਨੇ ਡਟ ਕੇ ਧਾਰਾ 370 ਤੋੜਨ ਦਾ ਵਿਰੋਧ ਕੀਤਾ ਹੋਵੇ, ਉਸੇ ਦਿਨ ਸ਼ਾਮ ਨੂੰ ਉਨ੍ਹਾਂ ਦੇ ਬੁਲਾਰੇ ਨੇ ਵੀ ਕਹਿਤਾ, ਤਿੰਨ ਚਾਰ ਹੋਰ ਵੱਡੇ ਲੀਡਰਾਂ ਨੇ ਕਹਿਤਾ ਕਿ ਧਾਰਾ ਫਾਲਤੂ ਸੀ ਤੋੜ ਦੇਣੀ ਚਾਹੀਦੀ ਆ। ਜੇ ਉਹ ਵੱਡੇ ਲੀਡਰ ਵੀ ਇਹ ਕਹਿੰਦੇ ਕਿ ਤੋੜ ਦੇਣੀ ਚਾਹੀਦੀ ਆ, ਤੇ ਨਰਿੰਦਰ ਮੋਦੀ ਨੂੰ ਪਤਾ ਕਿ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਉਹਦੇ ਵਿਚ ਵੀ ਏਕਤਾ ਨਹੀਂ ਗਈ, ਉਨ੍ਹਾਂ ਦੇ ਲੀਡਰ ਵੱਖੋ ਵੱਖ ਬੋਲੀਆਂ ਬੋਲਦੇ ਆ। ਇਹ ਉਹਨੂੰ ਪਤਾ ਕਿ ਜਦ ਤੱਕ ਇਕੱਠੇ ਨਾ ਹੋਏ ਮੇਰਾ ਕੁਛ ਵਿਗਾੜ ਨਹੀਂ ਸਕਦੇ ਜੀ, ਤੇ ਫਿਰ ਇਹਨਾਂ ਮੁੱਦਿਆਂ ਦੇ ਉੱਤੇ ਚੁਣੌਤੀ ਤਾਂ ਉਹ ਦੇ ਸਕਦਾ ਤੇ ਚੁਣੌਤੀ ਦੇ ਹੀ ਜਾਂਦਾ। ਉਹਨੇ ਸ਼ਰਦ ਪਵਾਰ ਨੂੰ ਵੀ ਚੁਣੌਤੀ ਦਿੱਤੀ ਆ, ਕਾਂਗਰਸ ਨੂੰ ਵੀ ਦਿੱਤੀ ਆ, ਤੇ ਨਾਲ ਦੀ ਨਾਲ ਬਾਕੀ ਜਿੰਨੇ ਵਿਰੋਧੀ ਆ ਉਹਨਾਂ ਨੂੰ ਵੀ ਦੇ ਦਿੱਤੀ ਆ। ਬਾਕੀ ਜਿੰਨੇ ਦਾ ਮਤਲਬ ਇਹ ਜੇ ਹੋਰ ਕੋਈ ਹੋਵੇ ਨਾ ਹੋਵੇ, ਖੱਬੇ ਪੱਖੀ ਜਿੰਨੇ ਕੁ ਜੋਗੇ ਹੈਗੇ ਆ ਵਿਰੋਧੀ ਤੇ ਹੈਗੇ ਨੇ ਨਾ ਵੀ ਇਹਦੇ, ਉਹਨੇ ਇਹਨਾਂ ਨੂੰ ਵੀ ਚੁਣੌਤੀ ਦੇ ਦਿੱਤੀ ਆ ਕਿ ਤੁਸੀਂ ਬਹੁਤ ਰੌਲਾ ਪਾਉਂਦੇ ਹੋ, ਇਹਨੂੰ ਮੁੱਦਾ ਬਣਾ ਕੇ ਵਿਖਾਓ ਭਲਾ। ਤੇ ਜੇ ਮੁੱਦਾ ਇਹ ਬਣਦਾ ਹੀ ਨਹੀਂ ਤੇ ਫਿਰ ਕਰਨਗੇ ਕੀ? ਇਹ ਉਹਨੇ ਜਾ ਕੇ ਉੱਥੇ ਮਹਾਰਾਸ਼ਟਰ ਚ ਵੀ ਆਖਿਆ। ਹੁਣ ਇੱਕ ਗੱਲ ਮੰਨਣੀ ਪਊਗੀ, ਅੱਗੇ ਵੀ ਆਪਾਂ ਗੱਲ ਕਈ ਵਾਰ ਕੀਤੀ ਆ ਕਿ ਨਰਿੰਦਰ ਮੋਦੀ ਤਕਰੀਰਾਂ ਦਾ ਧਨੀ ਆ ਜੀ, ਨਿਰਾ ਹੀ ਲਿਫਾਫੇਬਾਜ਼ੀ ਕਰਦਾ ਹੋਵੇ ਤਦ ਵੀ ਲੋਕਾਂ ਨੂੰ ਬੰਨ ਕੇ ਬਿਠਾ ਸਕਦਾ, ਤੇ ਜਿਹੜੇ ਲੋਕ 10 ਮਿੰਟ ਸੋਚਣ ਤੋਂ ਬਾਅਦ ਇਹ ਕਹਿੰਦੇ ਆ ਕਿ ਯਾਰ ਗੱਲ ਦੇ ਵਿਚ ਕੱਖ ਵੀ ਨਹੀਂ ਸੀ ਜੀ, ਉਹ ਵੀ ਜਦੋਂ ਇਹ ਤਕਰੀਰ ਕਰਦਾ ਜੀ ਤਕਰੀਰ ਦੇ ਨਾਲ ਵਗ ਜਾਂਦੇ ਆ ਤੇ ਜਿੱਥੇ ਜ਼ੋਰ ਦਿੰਦਾ ਉੱਥੇ ਤਾੜੀਆਂ ਵੀ ਮਾਰ ਦਿੰਦੇ ਆ ਜੀ, ਇਹ ਸਭ ਕੁਝ ਚੱਲਦਾ। ਇਸ ਵੇਲੇ ਭਾਜਪਾ ਦੇ ਕੋਲ ਇਹੋ ਜਿਹਾ ਲੀਡਰ ਹੈਗਾ ਜਿਹੜਾ ਜੋ ਵੀ ਕਹਿ ਦੇ ਲੋਕ ਉਹਨੂੰ ਸੱਤ ਕਰਕੇ ਮੰਨਦੇ ਆ, ਬਹੁਤ ਵੱਡੀ ਗਿਣਤੀ ਉਹਨੂੰ ਮੰਨਦੀ ਆ, ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦਾ ਵਿਰੋਧ ਕਰਦਾ ਜਾ ਰਿਹਾ। ਇਹੋ ਹੀ ਕਾਰਨ ਹੈ ਕਿ ਇਹਨੇ ਬੜੀ ਸਿੱਧੀ ਬੋਲੀ ਦੇ ਵਿਚ ਵਿਰੋਧ ਦੀਆਂ ਪਾਰਟੀਆਂ ਨੂੰ ਚੁਣੌਤੀ ਦੇ ਦਿੱਤੀ ਹੈ, ਉਹਦੇ ਚੁਣੌਤੀ ਉਹਨੇ ਮਹਾਰਾਸ਼ਟਰ ਤੇ ਹਰਿਆਣੇ ਦੀਆਂ ਚੋਣਾਂ ਦਾ ਧਿਆਨ ਰੱਖ ਕੇ ਦਿੱਤੀ ਹੈ, ਕਿਉਂਕਿ ਉਹਨੂੰ ਪਤਾ ਕਿ ਇਹਨਾਂ ਚੋਣਾਂ ਦੇ ਵਿਚ ਬਹੁ ਗਿਣਤੀ ਭਾਈਚਾਰੇ ਦੀਆਂ ਵੋਟਾਂ ਕਿਧਰ ਜਾਣੀਆਂ ਨੇ ਜੀ। ਪੰਜ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਲੈ ਗਏ ਜੀ, ਨਾਲ ਦੀ ਨਾਲ ਹੀ ਫੇਰ ਸਰੋਤਿਆਂ ਨਾਲ ਜੁੜਦੇ ਹਾਂ। ਸੋ ਸੱਜਣੋ 30 ਸੈਕਿੰਡ ਦੇ ਵਿਚ ਜੁੜਦੇ ਹਾਂ, ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ, ਤੇ ਜਤਿੰਦਰ ਪੰਨੂ ਸਾਹਿਬ ਆਪਣੇ ਨਾਲ ਸ਼ਾਮਲ ਨੇ। ਪੰਨੂ ਸਾਹਿਬ, ਮੋਦੀ ਦੀ ਭਤੀਜੀ ਦਾ ਪਰਸ ਚੋਰੀ ਹੋ ਗਿਆ ਜੀ, ਲੁੱਟੀ ਗਈ ਗਰੀਬ ਵਿਚਾਰੀ। ਦੇਖੋ ਇਹ ਚੋਂ ਕਈ ਗੱਲਾਂ ਨਿਕਲਦੀਆਂ ਨੇ ਜੀ, ਇੱਕ ਤਾਂ ਇਹ ਕਿ ਮੋਦੀ ਦਾ ਪਰਿਵਾਰ ਬੜਾ ਸਿੰਪਲ ਹੈ ਜੀ, ਤੇ ਮੋਦੀ ਦੇ ਨਾਲ ਉਹ ਰਹਿੰਦੇ ਵੀ ਨੀਗੇ, ਬਹੁਤੇ ਲੋਕਾਂ ਨੂੰ ਪਤਾ ਨੀ ਜੀ ਕਿ ਇਹਦਾ ਜਿਹੜਾ ਭਰਾ ਹੈ ਤੋਂ ਛੋਟਾ ਪ੍ਰਹਲਾਦ ਮੋਦੀ ਉਹ ਕਰਿਆਨਾ ਮਰਚੈਂਟ ਹੈ ਜੀ, ਸਾਰੇ ਦੇਸ਼ ਦੇ ਜਿਹੜੇ ਕਰਿਆਨਾ ਮਰਚੈਂਟਸ ਨੇ ਉਹਨਾਂ ਦੀ ਐਸੋਸੀਏਸ਼ਨ ਦਾ ਉਹ ਪ੍ਰਧਾਨ ਹੈ ਜੀ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ ਉਹ 3 ਜਾਂ 4 ਵਾਰ ਦਿੱਲੀ ਚ ਜੰਤਰ ਮੰਤਰ ਆ ਕੇ ਵੱਡੇ ਵੱਡੇ ਧਰਨੇ ਲਾ ਕੇ ਮੁੜ ਗਿਆ, ਪਰ ਇਹਦੇ ਘਰ ਪ੍ਰਧਾਨ ਮੰਤਰੀ ਦੇ ਉਹ ਨਹੀਂ ਜਾਂਦਾ ਜੀ, ਜਾਂ ਉਹ ਹੋਟਲ ਵਿਚ ਠਹਿਰਦਾ ਜਾਂ ਆਪਣੀ ਐਸੋਸੀਏਸ਼ਨ ਦੇ ਕੁਛ ਲੋਕਾਂ ਦੇ ਘਰਾਂ ਵਿਚ ਠਹਿਰਦਾ ਜੀ, ਉਹ ਕਦੇ ਵੀ ਇਹਦੇ ਘਰ ਨਹੀਂ ਜਾਂਦਾ। ਉਹਦੀ ਬੇਟੀ ਵੀ ਆਈ, ਉਹ ਕੁੜੀ ਦਮਿਅੰਤੀ ਬੈਨ ਦਾ ਨਾਂ, ਅੰਮ੍ਰਿਤਸਰ ਗਈ ਸੀ, ਅੰਮ੍ਰਿਤਸਰ ਵਾਪਸ ਆ ਕੇ ਤੇ ਇੱਕ 3-ਵੀਲਰ ਤੇ ਉਹ ਚੜੀ ਆ, ਤੇ 3-ਵੀਲਰ ਦੇ ਉੱਤੇ ਉਹ ਗੁਜਰਾਤੀ ਸਮਾਜ ਭਵਨ ਦੇ ਵਿਚ ਗਈ, ਉੱਥੇ ਉਹਦਾ ਕਮਰਾ ਬੁੱਕ ਕਰਵਾਇਆ ਸੀ ਉਹਨੇ, ਉੱਥੇ ਠਹਿਰਨਾ ਸੀ। ਉੱਥੇ ਜਾ ਕੇ ਜਦੋਂ ਆਟੋ ਤੋਂ ਉਤਰੀ ਤੇ ਉਤਰਦੇ ਸਾਰ ਇੱਕ ਮੁੰਡਾ ਆਇਆ ਤੇ ਉਹਦਾ ਪਰਸ ਖੋਹ ਕੇ ਲੈ ਗਿਆ। ਹੁਣ ਜਦੋਂ ਮੁੰਡਾ ਫੜਿਆ ਗਿਆ, ਦਿੱਲੀ ਤੋਂ ਭੱਜ ਗਿਆ ਸੀ ਤੇ ਸੋਨੀਪਤ ਤੋਂ ਜਾ ਕੇ ਫੜ ਲਿਆ, ਕਿਉਂਕਿ ਸੀਸੀਟੀਵੀ ਕੈਮਰੇ ਚ ਫੋਟੋ ਆ ਗਈ, ਤੇ ਇਹੋ ਜਿਹਾ ਹਾਈ ਪ੍ਰੋਫਾਈਲ ਕੇਸ ਹੋਵੇ ਤੇ ਸਾਰੇ ਥਾਣਿਆਂ ਦੀ ਪੁਲਿਸ ਜਿਹੜੀ ਨੰਬਰ ਬਣਾਉਣ ਵਾਸਤੇ ਫਟਾਫਟ ਲੱਗ ਪੈਂਦੀ, ਅਸੀਂ ਪਛਾਣ ਲਿਆ, ਅਸੀਂ ਪਛਾਣ ਲਿਆ। ਉਹਨੂੰ ਸੋਨੀਪਤ ਤੋਂ ਜਾ ਕੇ ਫੜ ਲਿਆ, ਉਹਨੇ ਮੁੰਡੇ ਨੇ ਆਖਿਆ ਜੀ ਤਕਰੀਬਨ 1.5-2 ਕਿਲੋਮੀਟਰ ਤੱਕ ਅਸੀਂ ਇਹਦਾ ਪਿੱਛਾ ਕੀਤਾ ਇਹਦੇ ਆਟੋ ਦਾ, ਕਿ ਕਿੱਥੇ ਕੁ ਕਾਬੂ ਆਉਂਦੀ, ਸਾਨੂੰ ਕਿ ਪਤਾ ਪ੍ਰਧਾਨ ਮੰਤਰੀ ਦੀ ਭਤੀਜੀ ਹੈ, ਅਸੀਂ ਖੋਹ ਲਿਆ ਤੇ ਲੈ ਗਏ। ਸਵਾਲ ਹੀ ਉੱਠਦਾ ਜੀ
ਕਿ ਪ੍ਰਧਾਨ ਮੰਤਰੀ ਦੀ ਭਤੀਜੀ ਸੀ, 200 ਦੇ ਕਰੀਬ ਪੁਲਿਸ ਵਾਲੇ ਲਾਤੇ, ਦਿੱਲੀ ਦੀ ਹਰਿਆਣੇ ਦੀ ਸਾਰੀ ਪੁਲਿਸ ਲਾਤੀ, 24 ਘੰਟਿਆਂ ਤੋਂ ਪਹਿਲਾਂ ਦੋਸ਼ੀ ਵੀ ਫੜੇ ਗਏ, ਗੱਡੀ ਵੀ ਫੜੀ ਗਈ, ਪੈਸੇ ਵੀ ਫੜੇ ਗਏ, ਮੋਬਾਈਲ ਫੋਨ ਵੀ ਫੜਿਆ ਗਿਆ, ਸਾਰਾ ਕੁਝ ਫੜਿਆ ਗਿਆ, ਇੱਕ ਦਵਾਨੀ ਦੀ ਚੀਜ਼ ਵੀ ਗਾਇਬ ਨਹੀਂ ਹੋਈ ਜੀ। ਇਹ ਸਾਰਾ ਕੁਝ ਉਦੋਂ ਕਿਉਂ ਨਹੀਂ ਹੁੰਦਾ ਜਦੋਂ ਆਮ ਲੋਕਾਂ ਦੇ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਨੇ, ਟੈਕਸ ਤਾਂ ਲੋਕ ਵੀ ਦਿੰਦੇ ਨੇ। ਇਹ ਗੱਲ ਜਿਹੜੀ ਇਹਨੂੰ ਹੁਣ ਠੱਪਣ ਵਾਸਤੇ ਸਾਡੇ ਮੀਡੀਆ ਦਾ ਇੱਕ ਹਿੱਸਾ ਇਸੇ ਗੱਲ ਦੇ ਪ੍ਰਚਾਰ ਤੇ ਲੱਗਾ ਪਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਿਵਾਰ ਕਿੰਨਾ ਸਾਦਾ ਪਰਿਵਾਰ ਹੈ। ਬਿਲਕੁਲ ਸਾਦਾ, ਪਰ ਉਹ ਪਰਿਵਾਰ ਇਸ ਪ੍ਰਧਾਨ ਮੰਤਰੀ ਦੇ ਨਾਲ ਮੇਲਜੋਲ ਕੋਈ ਨਹੀਂ ਰੱਖਦਾ, ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਇਹਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਜੀ। ਇਹਦੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ, ਕਿੰਨੇ ਕੁ ਲੋਕਾਂ ਨੂੰ ਪਤਾ ਕਿ ਉਹਦਾ ਪਰਿਵਾਰ ਕਿੰਨਾ ਸਾਦਾ। ਇੱਕ ਵਾਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਰੈਜੀਡੈਂਸ ਵਿਚਲੇ ਦਫ਼ਤਰ ਵਿਚ ਮੀਟਿੰਗ ਕਰਦਾ ਪਿਆ ਸੀ ਮੰਤਰੀ ਮੰਡਲ ਦੀ, ਤੇ ਬਾਹਰੋਂ ਆ ਕੇ ਸਿਕਿਉਰਿਟੀ ਵਾਲਿਆਂ ਨੇ ਆਖਿਆ ਜੀ ਇੱਕ ਬਜੁਰਗ ਆਇਆ ਤੇ ਵਾਰ ਵਾਰ ਕਹੀ ਜਾਂਦਾ ਮੈਂ ਪ੍ਰਧਾਨ ਮੰਤਰੀ ਦਾ ਭਰਾ, ਅਸੀਂ ਬਥੇਰਾ ਰੋਕਿਆ, ਉਹ ਕਹਿੰਦਾ ਮੈਂ ਪ੍ਰਧਾਨ ਮੰਤਰੀ ਦਾ ਭਰਾ, ਤੇ ਸਾਡੀ ਗੱਲ ਨੀ ਸੁਣਦਾ ਪਿਆ ਤੇ ਕੀ ਕਰੀਏ। ਤੇ ਮਨਮੋਹਨ ਸਿੰਘ ਉੱਠ ਕੇ ਕਹਿੰਦਾ ਓਹੋ ਉਹ ਤਾਂ ਸੱਚ ਪਾਪਾ ਹੀ ਨੀ ਆਉਣਾ ਸੀ ਤੇ ਮੈਨੂੰ ਚੇਤਾ ਭੁੱਲ ਗਿਆ ਗੱਡੀ ਭੇਜਣੀ ਸੀ। ਇਹ ਵਿੱਚੋਂ ਮੀਟਿੰਗ ਤੋਂ ਭੱਜ ਕੇ ਉੱਠ ਕੇ ਗਿਆ, ਬਾਹਰ ਜਾ ਕੇ ਵੱਡੇ ਭਰਾ ਦਾ ਇਹਨੇ ਅਟੈਚੀ ਫੜਿਆ ਤੇ ਲਿਆ ਕੇ ਅੰਦਰ ਬਿਠਾਇਆ ਤੇ ਸੌਰੀ ਕਹੀ। ਮਨਮੋਹਨ ਸਿੰਘ ਕਦੇ ਵੀ ਇਹੋ ਜਿਹੇ ਕੰਮਾਂ ਵਾਸਤੇ ਸਰਕਾਰੀ ਗੱਡੀ ਨਹੀਂ ਸਵਰਦਾ, ਉਹਦੇ ਕੋਲ ਆਪਣੀ 800 cc ਗੱਡੀ ਸੀ ਉਹ ਭੇਜ ਦਿੰਦਾ ਸੀ। ਮੈਂ ਮਨਮੋਹਨ ਸਿੰਘ ਦੇ ਪਰਿਵਾਰ ਨੂੰ ਜਾਣਦਾ, ਕਪੂਰਥਲੇ ਉਹਨਾਂ ਦੀ ਭੈਣ ਹੈ, ਮੈਂ ਕਈ ਵਾਰ ਉਹਨਾਂ ਦੇ ਘਰ ਗਿਆ, ਮੇਰੇ ਉਹਨਾਂ ਦਾ ਫੈਮਿਲੀ ਰਿਲੇਸ਼ਨ ਨੇ ਜੀ। ਉਹ ਵਿਚਾਰੀ ਅੱਜ ਕੱਲ ਉਹ ਕਿਉਂਕਿ ਬਜੁਰਗ ਕਾਫੀ ਹੋ ਗਈ ਇਸ ਕਰਕੇ ਫਰਸ਼ ਆਪਣਾ ਆਪ ਨਹੀਂ ਸਾਫ਼ ਕਰ ਸਕਦੀ, ਇੱਕ ਕੁੜੀ ਉਹਨੇ ਇਸ ਕਰਕੇ ਲਾਈ ਇੱਕ 2 ਘੰਟੇ ਆਉਂਦੀ ਹੈ ਤੇ ਫਰਸ਼ ਸਾਫ਼ ਕਰ ਦਿੰਦੀ ਹੈ ਜੀ। ਬਾਕੀ ਅੱਜ ਦੀ ਤਰੀਕ ਵਿਚ ਵੀ ਰਸੋਈ ਤੋਂ ਲੈ ਕੇ ਹਰ ਕੰਮ ਕੱਪੜੇ ਧੋਣ ਤੱਕ ਦਾ ਮਨਮੋਹਨ ਸਿੰਘ ਦੀ ਭੈਣ ਆਪ ਕਰਦੀ ਹੈ, ਚੰਗਾ ਖਾਂਦਾ ਪੀਂਦਾ ਪਰਿਵਾਰ ਹੈ, ਪਰ ਉਹ ਕਹਿੰਦੇ ਸਾਨੂੰ ਮੋਹਨਵੀਰ ਜੀ ਨੇ ਕਿਹਾ ਘਰ ਦਾ ਕੰਮ ਆਪ ਕਰੀਦਾ ਉਹਨਾਂ ਦਾ ਜੀ। ਫਰਕ ਇੰਨਾ ਕਿ ਉਹਨਾਂ ਦੀ ਸਾਦਗੀ ਦੇ ਉੱਤੇ ਹਰ ਥਾਂ ਤੇ ਮਨਮੋਹਨ ਸਿੰਘ ਦੀ ਮੋਹਰ ਹੈ ਜੀ। ਇਸ ਪਰਿਵਾਰ ਦੀ ਸਾਦਗੀ ਦੇ ਉੱਤੇ ਨਰਿੰਦਰ ਮੋਦੀ ਦੀ ਕੋਈ ਮੋਹਰ ਨਹੀਂ, ਇਸ ਪਰਿਵਾਰ ਦੀ ਸਾਦਗੀ ਤੇ ਪ੍ਰਹਲਾਦ ਮੋਦੀ ਦੀ ਮੋਹਰ ਹੈ। ਉਹ ਖੁੱਲ ਕੇ ਕਹਿੰਦਾ ਕਿ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਆ, ਅਸੀਂ ਉਹਦੀ ਪੋਜੀਸ਼ਨ ਨੂੰ ਨਾ ਅੱਜ ਤੱਕ ਵਰਤਿਆ ਤੇ ਨਾ ਵਰਤਣਾ ਜੀ। ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਦੀ ਭਤੀਜੀ ਸੀ ਤੇ ਏਡੀ ਤੇਜ਼ੀ ਨਾਲ ਪੁਲਿਸ ਨੇ ਕਾਰਵਾਈ ਕੀਤੀ, ਬਾਕੀ ਲੋਕਾਂ ਦੇ ਬੱਚਿਆਂ ਬਾਰੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜੀ? ਬਿਲਕੁਲ। ਤੇ ਪੰਨੂ ਸਾਹਿਬ, ਨਾਲ ਹੀ ਹੁਣ ਪੰਜਾਬ ਵੱਲ ਨੂੰ ਆਈਏ ਤੇ ਇੱਥੇ ਭਗਵੰਤ ਮਾਨ ਹੋਰੇ ਕਹਿੰਦੇ ਕਿ ਜਿਹੜਾ ਬੰਦਾ ਅਸਤੀਫਾ ਦਿੰਦਾ ਖਰਚਾ ਵੀ ਫਿਰ ਉਹੀ ਦੇਵੇ ਜ਼ਮੀਨੀ ਚੋਣ ਦਾ। ਭਗਵੰਤ ਮਾਨ ਨੇ ਨਾਂ ਤਾਂ ਨਹੀਂ ਸੀ ਲਿਆ, ਪਰ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਕਿ ਐਚ ਐਸ ਫੂਲਕੇ ਦੇ ਗਿੱਟਿਆਂ ਤੇ ਲਾ ਰਿਹਾ। ਜਾ ਕੇ ਉਹਨੇ ਤਕਰੀਰ ਕੀਤੀ ਕਿ ਤੁਸੀਂ 5 ਸਾਲਾਂ ਵਾਸਤੇ ਇੱਕ ਵਿਧਾਇਕ ਚੁਣਿਆ ਸੀ, ਅਸੀਂ ਤਾਂ ਨਹੀਂ ਸੀ ਸੋਚਦੇ ਕਿ ਇੱਥੇ ਕੋਈ ਉਪ ਚੋਣ ਹੋਵੇ, ਪਰ ਹੋ ਗਈ ਆ, ਮੈਂ ਤੁਹਾਡੇ ਕੋਲ ਵੋਟਾਂ ਮੰਗਣਾ ਆ। ਵੈਸੇ ਅੱਗੇ ਤੋਂ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਕਿ ਇਹੋ ਜਿਹਾ ਕੰਮ ਅਬਲਤਾ ਹੋਵੇ ਨਾ, ਤੇ ਜੇ ਕੋਈ ਅਸਤੀਫਾ ਦੇ ਜਾਵੇ ਤੇ ਜਿਹੜੀ ਉਪ ਚੋਣ ਹੋਣੀ ਆ ਉਹਦਾ ਸਾਰਾ ਖਰਚਾ ਉਸ ਮੈਂਬਰ ਦੇ ਸਿਰ ਪਾ ਦਿੱਤਾ ਜਾਵੇ ਜੀ। ਇਹਦਾ ਮਤਲਬ ਸਾਫ਼ ਸੀ ਕਿ ਫੂਲਕੇ ਨੇ ਅਸਤੀਫਾ ਦਿੱਤਾ ਤੇ ਚੋਣ ਹੋ ਰਹੀ ਆ, ਇਹਦਾ ਸਾਰਾ ਖਰਚਾ ਫੂਲਕੇ ਦੇ ਸਿਰ ਪਾ ਦਿਓ ਜੀ। ਸ਼ਾਮ ਪੈਣ ਤੱਕ ਫੂਲਕੇ ਦਾ ਬਿਆਨ ਆ ਗਿਆ, ਕਹਿੰਦਾ ਜੀ ਮੈਂ ਰੈਡੀ ਆ, ਸਾਰੀ ਚੋਣ ਦਾ ਖਰਚਾ ਜਿੱਦਾਂ ਮਰਜ਼ੀ ਕਰਾਂ, ਜਿਵੇਂ ਮਰਜ਼ੀ ਹੋਵੇ, ਮੈਂ ਭਰਨ ਨੂੰ ਤਿਆਰ ਆ, ਪਰ ਮੈਂ ਭਗਵੰਤ ਮਾਨ ਨੂੰ ਕਹਿੰਦਾ ਕਿ ਤੂੰ ਕੇਜਰੀਵਾਲ ਨੂੰ ਪੁੱਛ ਲਾ, ਉਹ ਵੀ ਮੁੱਖ ਮੰਤਰੀ ਬਣਿਆ ਸੀ, ਮੇਰੇ ਅਸਤੀਫੇ ਨਾਲ ਤਾਂ ਦਾਖੇ ਵਾਲੇ ਇੱਕੋ ਵਿਧਾਨ ਸਭਾ ਹਲਕੇ ਚ ਉਪ ਚੋਣ ਹੋਈ ਆ ਜੀ। ਜਦੋਂ ਕੇਜਰੀਵਾਲ ਨੇ ਅਸਤੀਫਾ ਦਿੱਤਾ ਉਹਦੇ ਅਸਤੀਫੇ ਨਾਲ ਸਾਰੀ ਦਿੱਲੀ ਦੀ ਵਿਧਾਨ ਸਭਾ ਦੁਬਾਰਾ ਚੁਣਨੀ ਪਈ, 70 ਸੀਟਾਂ ਦੀ ਚੋਣ ਹੋਈ ਸੀ। ਮੈਂ ਇਸ ਇੱਕ ਸੀਟ ਦਾ ਖਰਚਾ ਦੇਣ ਨੂੰ ਤਿਆਰ ਆ ਤੇ ਤੂੰ ਆਪਣੇ ਲੀਡਰ ਨੂੰ ਪੁੱਛ ਕਿ ਉਹ ਸਾਰੀ ਦਿੱਲੀ ਦਾ ਖਰਚਾ ਦੇਣ ਨੂੰ ਤਿਆਰ ਹੈ। ਇਹ ਮਸਲਾ ਏਦਾਂ ਦਾ ਸੀ ਜਿੱਥੇ ਭਗਵੰਤ ਮਾਨ ਵਾਸਤੇ ਫਿਰ ਜਵਾਬ ਦੇਣਾ ਔਖਾ ਸੀ ਜੀ। ਫਿਰ ਉਹਨੇ ਇਹਦੀ ਥਾਂ ਤੇ ਇੱਕ ਨਵੀਂ ਦਲੀਲ ਕੱਢੀ। ਉਹ ਦਲੀਲ ਇਹ ਸੀ ਕਿ ਕੁਝ ਦੇਸ਼ਾਂ ਦੇ ਵਿੱਚ ਰਿਵਾਜ ਹੈਗਾ ਕਿ ਜੇ ਕੋਈ ਸੀਟ ਖਾਲੀ ਹੋ ਜੇ, ਕੋਈ ਅਸਤੀਫਾ ਦੇ ਜੇ ਜਾਂ ਕਿਸੇ ਦੀ ਮੌਤ ਹੋ ਜੇ, ਤੇ ਆਮ ਚੋਣਾਂ ਜਦੋਂ ਹੋਈਆਂ ਸੀ ਜਿਹੜਾ ਬੰਦਾ ਦੂਸਰੇ ਨੰਬਰ ਤੇ ਆਇਆ ਸੀ ਉਹਨੂੰ ਸੀਟ ਅਲਾਟ ਕਰ ਦਿੱਤੀ ਜਾਵੇ ਜੀ। ਭਗਵੰਤ ਮਾਨ ਨੇ ਇੱਕ ਦਲੀਲ ਇਹ ਵੀ ਦਿੱਤੀ ਆ
ਕਿ ਖੇਡਾਂ ਚ ਹੁੰਦਾ ਬਾਅਦ ਚ ਜਦੋਂ ਡੋਪ ਟੈਸਟ ਦੀ ਰਿਪੋਰਟ ਆਉਂਦੀ ਹੈ ਜੇ ਕੋਈ ਡੋਪ ਟੈਸਟ ਵਿਚ ਖਿਡਾਰੀ ਪਾਜ਼ੇਟਿਵ ਨਿਕਲੇ ਤੇ ਉਹਦਾ ਮੈਡਲ ਖੋ ਲੈਂਦੇ ਆ ਤੇ ਉਹਦਾ ਖੋਇਆ ਮੈਡਲ ਜਿਹੜਾ ਖਿਡਾਰੀ ਦੂਜੇ ਨੰਬਰ ਤੇ ਆਵੇ ਉਹਨੂੰ ਦੇ ਦਿੱਤਾ ਜਾਂਦਾ ਇਸ ਕਰਕੇ ਚੋਣਾਂ ਚ ਵੀ ਹੋਣਾ ਚਾਹੀਦਾ ਕਿ ਜਿਹੜੀ ਸੀਟ ਦੀ ਚੋਣ ਹੋ ਚੁੱਕੀ ਆ ਉਹਨੂੰ ਦੁਬਾਰਾ ਨਾ ਦੇੜੋ ਜੀ ਇੱਦਾਂ ਕਰ ਲੋ ਕਿ ਜਦੋਂ ਵੋਟਾਂ ਪਈਆਂ ਸੀ ਤੇ ਜਿਹੜਾ ਦੂਸਰੀ ਥਾਂ ਆਇਆ ਸੀ ਤੁਸੀਂ ਉਹਨੂੰ ਕਹੋ ਵੀ MLA ਬਣ ਜੇ ਜਾਂ MP ਬਣ ਜੇ ਤੇ ਉਪ ਚੋਣ ਨੀ ਕਰਾਉਣੀ ਚਾਹੀਦੀ ਹੁਣ ਭਗਵੰਤ ਮਾਨ ਦੀ ਜਿਹੜੀ ਦਲੀਲ ਹੈ ਬਹਿਸ ਦੇ ਪੱਖ ਤੋਂ ਠੀਕ ਆ ਪਰ ਅਮਲ ਦੇ ਪੱਖ ਤੋਂ ਠੀਕ ਨਹੀਂ ਗੀ ਸਾਡੇ ਗੁਆਂਢ ਸੁਖਨੈਬ ਜੀ ਪਾਕਿਸਤਾਨ ਉੱਥੇ ਇੱਕ ਬਹੁਤ ਵਧੀਆ ਲੋਕਾਂ ਚ ਪਾਪੂਲਰ ਲੀਡਰ ਸੀ ਸਿੱਖ ਸੀਗਾ ਡਾਕਟਰ ਸੋਰਨ ਸਿੰਘ ਜੀ ਉਹ ਦੋ ਤਿੰਨ ਵਾਰ MLA ਬਣਿਆ ਸੀ ਉੱਥੇ ਰਿਵਾਜ ਇਹ ਆ ਕਿ ਜੇ ਕਿਸੇ ਦੀ ਮੌਤ ਹੋ ਜਾਏ ਤੇ ਉੱਥੇ ਉਪ ਚੋਣ ਨੀ ਕਰਾਉਂਦੇ ਉਹਦੀ ਥਾਂ ਤੇ ਦੂਸਰੇ ਨੂੰ MLA ਬਣਾ ਦਿੰਦੇ ਆ ਜੀ ਡਾਕਟਰ ਸੋਰਨ ਸਿੰਘ ਦੇ ਕੋਲੋਂ ਇੱਕ ਰਿਜ਼ਰਵ ਸੀਟ ਸੀ ਘੱਟ ਗਿਣਤੀਆਂ ਦੀ ਉਸ ਸੀਟ ਤੋਂ ਇੱਕ ਹਿੰਦੂ ਉਮੀਦਵਾਰ ਜਿਹੜਾ ਉਹ ਹਾਰ ਗਿਆ ਸੀ ਉਹਦਾ ਨਾਮ ਬਲਦੇਵ ਕੁਮਾਰ ਸੀ ਜੀ ਫਿਰ ਡਾਕਟਰ ਸੋਰਨ ਸਿੰਘ ਦਾ ਕਤਲ ਹੋ ਗਿਆ ਕਤਲ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਹਿ ਕੇ ਕਿ ਉਪ ਚੋਣ ਤੇ ਕਰਾਉਣੀ ਨੀ ਦੂਸਰੇ ਨੰਬਰ ਤੇ ਬਲਦੇਵ ਕੁਮਾਰ ਆਇਆ ਸੀ ਇਹਨੂੰ MLA ਬਣਾ ਦਿਓ ਨੋਟੀਫਾਈ ਕਰਤਾ ਉਧਰੋਂ ਪੁਲਿਸ ਦੀ ਪੜਤਾਲ ਵਿਚ ਇਹ ਗੱਲ ਨਿਕਲ ਆਈ ਕਿ ਡਾਕਟਰ ਸੋਰਨ ਸਿੰਘ ਦਾ ਕਤਲ ਅਸਲ ਚ ਕਰਾਇਆ ਹੀ ਬਲਦੇਵ ਕੁਮਾਰ ਨੇ ਆ ਇਸ ਕਰਕੇ ਕਰਾਇਆ ਕਿ ਉਹਦਾ ਕਤਲ ਹੋ ਜਾਏ ਸੀਟ ਖਾਲੀ ਹੋਊ ਤੇ ਮੈਂ ਉਹਦੀ ਥਾਂ ਤੇ MLA ਬਣੂੰਗਾ ਜੀ ਦੋ ਗੱਲਾਂ ਇਕੱਠੀਆਂ ਹੋਈਆਂ ਇੱਕ ਪਾਸੇ ਚੋਣ ਕਮਿਸ਼ਨ ਨੇ ਨੋਟੀਫਾਈ ਕਰਤਾ ਕਿ ਡਾਕਟਰ ਸੋਰਨ ਸਿੰਘ ਦੀ ਥਾਂ ਤੇ MLA ਦੂਸਰੇ ਪਾਸਿਓ ਪੁਲਿਸ ਨੇ ਇਹਨੂੰ ਫੜ ਲਿਆ ਗ੍ਰਿਫ਼ਤਾਰ ਕਰ ਲਿਆ ਤੇ ਇਹਨੇ ਪੁਲਿਸ ਕੋਲ ਇਕਬਾਲ ਵੀ ਕਰ ਲਿਆ ਕਿ ਕਤਲ ਮੈਂ ਕਰਾਇਆ ਉਹ ਇਕਬਾਲ ਜਾ ਕੇ ਅਦਾਲਤ ਵਿਚ ਪੇਸ਼ ਹੋ ਗਿਆ ਅਦਾਲਤ ਨੇ ਰਿਮਾਂਡ ਤੋਂ ਬਾਅਦ ਇਹਨੂੰ ਜੇਲ੍ਹ ਭੇਜ ਦਿੱਤਾ ਮੁੜ ਕੇ ਇਹਨੇ ਅਰਜੀ ਦਿੱਤੀ ਵਕੀਲ ਦੇ ਰਾਹੀਂ ਕਿ ਚੋਣ ਕਮਿਸ਼ਨ ਨੇ ਨੋਟੀਫਾਈ ਕੀਤਾ ਤੇ ਮੈਨੂੰ MLA ਸਹੁੰ ਚੁਕਾਈ ਜਾਵੇ ਅਦਾਲਤ ਨੇ ਆਰਡਰ ਦਿੱਤਾ ਕਿ ਇਸ ਬੰਦੇ ਨੂੰ ਜਾ ਕੇ ਸਹੁੰ ਚੁਕਾ ਦਿੱਤੀ ਜਾਵੇ ਪੁਲਿਸ ਇਹਨੂੰ ਲੈ ਕੇ ਵਿਧਾਨ ਸਭਾ ਚ ਸਹੁੰ ਚੁਕਾਉਣਗੇ ਤੇ ਉੱਥੇ ਪਹਿਲੀ ਵਾਰ ਹੋਇਆ ਕਿ ਰੂਲਿੰਗ ਪਾਰਟੀ ਤੇ ਆਪੋਜੀਸ਼ਨ ਦੇ ਸਾਰੇ ਮੈਂਬਰਾਂ ਨੇ ਰੌਲਾ ਪਾ ਦਿੱਤਾ ਕਿ ਬਿਲਕੁਲ ਨੀ ਚੁਕਾਉਣ ਦੇਣੀ ਜੇ ਇਹਨੂੰ ਸਹੁੰ ਚੁਕਾਈ ਗਈ ਤੇ ਇਹ ਤਾਂ ਅੱਗੇ ਤੋਂ ਰਿਵਾਜ ਪੈਜੂਗਾ ਕਿ ਜਿਹੜਾ ਓਦਾਂ ਨੀ MLA ਬਣ ਸਕਦਾ ਉਹ ਜਿੱਤੇ ਹੋਏ ਦਾ ਕਤਲ ਕਰਵਾ ਦਿਆ ਕਰੇ ਤੇ ਮੁੜ ਕੇ ਥਾਂ ਤੇ MLA ਬਣ ਜਾ ਕਰੇ ਜੀ ਦੋਵਾਂ ਧਿਰਾਂ ਨੇ ਇੰਨਾ ਰੌਲਾ ਪਾਇਆ ਕਿ ਸਹੁੰ ਨੀ ਚੁੱਕ ਸਕਿਆ ਇਹਨੂੰ ਫੇਰ ਜੇਲ੍ਹ ਲੈ ਗਏ ਤੇ ਜੇਲ੍ਹ ਤੋਂ ਉਦੋਂ ਛੁੱਟਿਆ ਜਦੋਂ ਵਿਧਾਨ ਸਭਾ ਭੰਗ ਹੋਣ ਸਿਰਫ 2 ਦਿਨ ਰਹਿ ਗਏ ਸੀ ਜੀ ਫਿਰ ਇਹਨੂੰ ਪਤਾ ਸੀ ਮੈਂ ਫਸ ਜਾਣਾ ਤੇ ਉੱਥੋਂ ਭੱਜ ਕੇ ਆ ਗਿਆ ਅੱਜ ਕੱਲ ਸਾਡੇ ਇੱਥੇ ਲੁਧਿਆਣੇ ਜ਼ਿਲ੍ਹੇ ਚ ਖੰਨੇ ਚ ਹੈ ਇਹਨੇ ਆਪਣੇ ਆਪ ਨੂੰ ਕਤਲ ਤੋਂ ਬਚਾਉਣ ਵਾਸਤੇ ਅੰਮ੍ਰਿਤ ਵੀ ਛਕ ਲਿਆ ਬਲਦੇਵ ਕੁਮਾਰ ਤੋਂ ਬਲਦੇਵ ਸਿੰਘ ਵੀ ਬਣ ਗਿਆ ਜੀ ਪਰ ਨਾ ਇਹਦਾ ਭਰੋਸਾ ਉੱਥੋਂ ਦੇ ਸਿੱਖ ਕਰਦੇ ਆ ਤੇ ਨਾ ਉੱਥੋਂ ਦੇ ਹਿੰਦੂ ਕਰਦੇ ਇਹਦਾ ਮਸਲਾ ਵੱਖਰਾ ਸਵਾਲ ਇਹ ਹੈ ਕਿ ਜੇ ਭਗਵੰਤ ਮਾਨ ਦੀ ਅਸੀਂ ਇਹ ਗੱਲ ਮੰਨ ਲਈਏ ਕਿ ਸੀਟ ਖਾਲੀ ਹੋ ਜੇ ਤੇ ਦੂਸਰੇ ਨੰਬਰ ਤੇ ਆਏ ਬੰਦੇ ਨੂੰ ਬਣਾ ਦਿਓ ਤੇ ਫਿਰ ਤਾਂ ਡਾਕਟਰ ਸੋਰਨ ਸਿੰਘ ਦੇ ਕਤਲ ਵਾਂਗ ਇੱਥੇ ਵੀ ਕਤਲ ਹੋਇਆ ਕਰਨਗੇ ਜਿਹਦਾ ਮਰਜ਼ੀ ਕਤਲ ਕਰਵਾ ਦਿਓ ਮੁੜ ਕੇ ਆਖੋ ਜੀ ਐਕਸੀਡੈਂਟ ਹੋਇਆ ਸੀ ਜੀ ਐਕਸੀਡੈਂਟ ਚ ਮੌਤ ਹੋ ਗਈ ਆ ਉਸ ਐਕਸੀਡੈਂਟ ਦੀ ਮੌਤ ਵਾਲਾ ਮਾਮਲਾ ਜੇ ਰੋਕਣਾ ਤੇ ਇਸ ਤਜਵੀਜ਼ ਨੂੰ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਜੀ ਤੇ ਪੰਨੂ ਸਾਹਿਬ ਇਧਰੋਂ ਅਕਾਲੀ ਦਲ ਦੀ ਥੋੜੀ ਜਿਹੀ ਗੱਲ ਕਰ ਦਿਓ ਜੀ ਅਕਾਲੀ ਦਲ ਹੈ ਜਿਹੜਾ ਹਰਿਆਣੇ ਚ ਚੋਣਾਂ ਲੜਨੀਆਂ ਚਾਹੁੰਦਾ ਸੀ ਔਰ ਹਰਿਆਣੇ ਵਾਲੇ ਹੈ ਉਹ ਕਹੀ ਜਾਂਦਾ ਭਾਈ SYL ਵਾਲਾ ਮਸਲਾ ਹੱਲ ਕਰਾ ਦਿਓ ਸਾਨੂੰ 2-3 ਸੀਟਾਂ ਉਹੀ ਦੇ ਦਿੰਦੇ ਸੁਖਬੀਰ ਬਾਦਲ ਕਹਿੰਦਾ ਜਿਹੜੇ ਦੂਜੀ ਵਾਰ ਸਰਕਾਰ ਬਣਾਉਂਦੇ ਸੁਪਨੇ ਦੇਖਦੇ ਵਿਰੋਧੀ ਧਿਰ ਚ ਬੈਠਣਾ ਪਊ ਇਹ ਸੁਖਬੀਰ ਸਿੰਘ ਤੇ ਇਹਦੀ ਪਤਨੀ ਪਤਾ ਨੀ ਆਪੋ ਸਲਾਹ ਕਰਕੇ ਨੀ ਬੋਲਦੇ ਪਹਿਲਾਂ ਤੇ ਇਹ ਸਮੱਸਿਆ ਸੀ ਕਿ ਪਿਓ ਪੁੱਤ ਸਲਾਹ ਕਰਕੇ ਨੀ ਸੀ ਬੋਲਦੇ ਹੁੰਦੇ ਇਹ ਕਹਿੰਦਾ ਹੁੰਦਾ ਸੀ ਮੈਂ ਇੰਨੀ ਤਰੱਕੀ ਕਰ ਦੂ ਜਿੰਨੀ ਅਜੇ ਤੱਕ ਅਮਰੀਕਾ ਕੈਨੇਡਾ ਨੇ ਨੀ ਕੀਤੀ ਇੰਗਲੈਂਡ ਤੇ ਜਰਮਨੀ ਨੇ ਨੀ ਕੀਤੀ ਮੈਂ ਇੱਥੇ ਇੰਨੀ ਕਰਾ ਦੂ ਯਾਨੀ 21ਵੀਂ ਸਦੀ ਦੇ ਵਿਚ ਇਹ 22ਵੀਂ ਦੀਆਂ ਗੱਲਾਂ ਕਰਦਾ ਸੀ ਤੇ ਇਹਦਾ ਬਾਪੂ ਕਹਿੰਦਾ ਹੁੰਦਾ ਸੀ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਦੂ ਉਹ 200 ਸਾਲ ਪਿੱਛੇ ਫਿਰਦਾ ਵੀ ਇਹ 200 ਸਾਲ ਗਾਂਹ ਜਾਂਦਾ ਸੀ ਜੀ ਹੁਣ ਇਹਨਾਂ ਦਾ ਦੋਵਾਂ ਮੀਆਂ ਬੀਬੀ ਦਾ ਇੰਨਾ ਫਰਕ ਪੈ ਗਿਆ ਕਿ ਉਹ ਬੀਬੀ ਤਾਂ ਇੱਥੇ ਦਾਖੇ ਚ ਖਲੋ ਕੇ ਆਖੀ ਜਾਂਦੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੰਧ ਬਹੁਤ ਵਧੀਆ ਜੀ ਔਰ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਕਿ ਉਹ ਬੜਾ ਪਾਪੂਲਰ ਲੀਡਰ ਹੈ ਤੇ ਅਕਾਲੀ ਦਲ ਨਾਲ ਇੰਨੇ ਚੰਗੇ ਸੰਬੰਧ ਹੈ ਕਿ ਤੁਹਾਡੇ ਦਾਖੇ ਹਲਕੇ ਦੀ ਫੰਡ ਮੈਂ ਲਿਆਉਂਗੀ ਜੀ ਉਹਨੇ ਲਫ਼ਜ਼ ਆਖਿਆ ਜਾ ਵੇ ਰਾਜਾ ਤੂੰ ਤੇ ਅਗਲੀ ਵਾਰੀ ਚੋਣ ਨੀ ਲੜਨੀ ਤੂੰ ਆਪਣੇ ਘਰ ਸੁੱਤਾ ਰਹਿ ਦਾਖੇ ਦੇ ਲੋਕਾਂ ਵਾਸਤੇ ਫੰਡ ਮੈਂ ਲਿਆਉਂਗੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਾਨੂੰ ਦੇਣਗੇ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਇੱਥੇ ਆ ਕੇ ਕਹਿ ਦਿੱਤਾ
ਕਿ ਦਿੱਲੀ ਤੋਂ ਨੋਟਾਂ ਦੇ ਟਰੱਕ ਇੱਥੇ ਆਇਆ ਕਰਨਗੇ, ਅੱਗੇ ਨੋਟਾਂ ਦੇ ਟਰੱਕ ਕਰਨ ਜੇਤਲੀ ਤੇ ਘੱਲਦਾ ਘੱਲਦਾ ਵਿਚਾਰਾ ਤੁਰ ਗਿਆ, ਉਹ ਵੀ ਕਹਿੰਦਾ ਸੀ ਅੰਮ੍ਰਿਤਸਰ ਆਉਣਗੇ। ਹੁਣ ਸੁਖਬੀਰ ਸਿੰਘ ਬਾਦਲ ਨੇ ਇੱਥੇ ਕਹਿਤਾ, ਉਹ ਸੁਖਬੀਰ ਸਿੰਘ ਬਾਦਲ ਹਰਿਆਣੇ ਚ ਇਹ ਕਹਿ ਕੇ ਆਇਆ ਕਿ ਐਵੇਂ ਕਹੀ ਜਾਂਦੇ ਫਲਾਣੇ ਦਾ ਨਾਂ ਚੱਲਦਾ, ਫਲਾਣੇ ਦੀ ਹਵਾ ਹਵਾ ਲੋਕਾਂ ਨੇ ਬਣਾਈ ਹੁੰਦੀ ਆ, ਲੋਕਾਂ ਦਾ ਦਿਲ ਕਦੇ ਤੇ ਕੱਢ ਦਿੰਦੇ ਆ। ਮੈਂ ਭਰਾਵੋ ਤੈਨੂੰ ਕਹਿਣਾ, ਤੁਹਾਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਜਿਨ੍ਹਾਂ ਦੀ ਬੜੀ ਹਵਾ ਬਣੀ ਪਈ, ਇਹਨਾਂ ਦੀ ਹਵਾ ਇੱਕ ਵਾਰੀ ਕੱਢ ਦਿਓ ਇਸ ਵਾਰੀ। ਇਹ ਨਾ ਤਾਂ ਇੱਥੇ ਹਿਸਾਰ ਦੇ ਵਿੱਚ ਸਿਰਸੇ ਚ ਇਹਨਾਂ ਦੀ ਕੋਈ ਸੀਟ ਆਉਣੀ ਭਾਜਪਾ ਵਾਲਿਆਂ ਦੀ, ਤੇ ਮੈਂ ਪਤਾ ਕਰਵਾ ਲਿਆ ਆਉਣੀ ਇਹਨਾਂ ਦੀ ਰੋਹਤਕ ਵਿੱਚ ਵੀ ਕੋਈ ਨੀ ਜੀ, ਇਸ ਵਾਰੀ ਇਹਨਾਂ ਦੀ ਸਰਕਾਰ ਨੀ ਬਣਨੀ, ਆਪੋਜੀਸ਼ਨ ਚ ਬਹਿਣਗੇ। ਇਹ ਕਰਕੇ ਇਹਨਾਂ ਨੂੰ ਤੁਸੀਂ ਵੋਟਾਂ ਵਾਟਾਂ ਨਾ ਪਾਓ। ਕਿੱਦਾਂ ਦੇ ਬੰਦੇ ਉੱਥੇ ਜਾ ਕੇ ਤੇ ਕਹਿ ਕੇ ਆਉਂਦਾ ਕਿ ਭਾਜਪਾ ਦੇ ਪੱਲੇ ਕੱਖ ਨੀ, ਉਹਦੀ ਹਵਾ ਵੀ ਨਿਕਲ ਜਾਣੀ ਹੈ। ਇੱਥੇ ਆ ਕੇ ਕਹਿੰਦਾ ਕਿ ਭਾਜਪਾ ਵਾਲਿਆਂ ਤੋਂ ਦਿੱਲੀ ਤੋਂ ਮੈਂ ਨੋਟਾਂ ਦੇ ਟਰੱਕ ਲਿਆਉਂ ਤੇ ਲਿਆ ਕੇ ਦਾਖੇ ਚ ਵੰਡੂ। ਇਹ ਪਤਾ ਨੀ ਸੋਚਣ ਲੱਗਿਆਂ ਨੀ, ਕੁਛ ਬੋਲਣ ਲੱਗਿਆਂ ਸੋਚ ਸਕਦੇ ਨੀ। ਉਦੋਂ ਅਰੁਣ ਜੇਤਲੀ ਨੂੰ ਖੜਾ ਕੀਤਾ ਤੇ ਉਦੋਂ ਵੀ ਇਹ ਕਹਿੰਦੇ ਹੁੰਦੇ ਸੀ ਦਿੱਲੀ ਤੋਂ ਨੋਟਾਂ ਦੇ ਟਰੰਕ ਆਉਣਗੇ, ਤੇ ਪੜ੍ਹੇ ਅਨਪੜ੍ਹ ਜੇਤਲੀ ਨੇ ਟਿੱਪੀ ਦਾ ਆਦਿਕ ਬਣਾਤਾ, ਟਰੰਕਾਂ ਦੇ ਟਰੱਕ ਬਣਾ ਲਏ ਜੀ, ਤੇ ਆਇਆ ਕਦੇ ਉੱਥੇ ਬਟੂਆ ਵੀ ਹੈਨੀ ਸੀ। ਹੁਣ ਇਹ ਉਹੀ ਟਰੱਕ ਵਾਲਾ ਮੁਹਾਵਰਾ ਇੱਥੇ ਦਾਖੇ ਚ ਲੈ ਤੁਰੇ, ਇੱਥੇ ਨੋਟਾਂ ਦੇ ਟਰੱਕ ਆਉਣਗੇ। ਉਹ ਆਉਣੇ ਕਿੱਥੋਂ ਦਿੱਲੀ ਦੇ, ਆਪਣੇ ਪੱਲੇ ਨੀ। ਆਪਾਂ ਹੁਣੇ ਜੇ ਗੱਲ ਕਰਕੇ ਹਟੇ ਆ ਜੀ, ਇਕਾਨਮੀ ਤੇ ਡੁੱਬੀ ਪਈ ਆ, ਰਿਜ਼ਰਵ ਬੈਂਕ ਦੇ ਕੋਲ ਜਿਹੜਾ ਰਿਜ਼ਰਵ ਪੈਸਾ ਸੀ ਉਹ ਤੇ ਸਰਕਾਰ ਨੇ ਲੈ ਕੇ ਖਰਚ ਲਿਆ, ਤੇ ਜੇ ਉਹ ਵੀ ਲਿਖ ਕੇ ਖਰਚ ਲਿਆ ਤੇ ਉਹਨਾਂ ਦੇ ਆਪਣੇ ਖਰਚੇ ਚੱਲਣੇ ਔਖੇ ਆ, ਤੇ ਇਹਨਾਂ ਨੂੰ ਨੋਟਾਂ ਦੇ ਟਰੱਕ ਕੌਣ ਘੱਲ ਦੂ। ਤੇ ਜਦੋਂ ਮਨੋਹਰ ਲਾਲ ਖੱਟਰ ਉੱਥੇ ਖੜੋਤਾ ਇਹਨਾਂ ਦਾ ਮਜ਼ਾਕ ਉਡਾਉਂਦਾ ਪਿਆ ਜੀ, ਤੇ ਪੰਜਾਬ ਨੂੰ ਜਿੰਨੇ ਵੀ ਰਸਤੇ ਆ ਆਉਂਦੇ ਤੇ ਹਰਿਆਣੇ ਵੇਚਦੀ ਆ, ਜੇ ਨੋਟਾਂ ਦਾ ਟਰੱਕ ਆਇਆ ਵੀ ਹਰਿਆਣੇ ਦੀ ਸੜਕ ਤੋਂ ਲੰਘਣ ਲੱਗਾ, ਉਹਨੇ ਕਿਸੇ ਟੋਲ ਪਲਾਜ਼ੇ ਤੇ ਰੋਕ ਲਿਆ, ਤੇ ਫਿਰ ਸੁਖਬੀਰ ਸਿੰਘ ਬਾਦਲ ਛਡਾਊਗਾ ਕਿੱਦਾਂ। ਬਹੁਤ ਹੀ ਚੋਣਾਂ ਦੇ ਵਿਚ ਆ ਕੇ ਫਜ਼ੂਲ ਜਿਹੀਆਂ ਗੱਲਾਂ ਕਰਨ ਲੱਗ ਪੈਂਦਾ, ਉਹ ਇਸ ਵੇਲੇ ਵੀ ਕਰਦਾ ਪਿਆ। ਪੰਜ ਸੌ ਪੰਜਾਹ ਸਾਲਾਂ ਗੁਰਪੁਰਬ ਆ ਰਿਹਾ ਬਾਬਾ ਜੀ ਦਾ, ਔਰ ਸਿਆਸਤ ਪੂਰੀ ਹੋਈ ਤੇਜ਼ ਹੈ। ਉਧਰੋਂ ਚੰਨੀ ਹੋ ਰਹੇ ਅੱਜ ਗਏ ਸੀ, ਕਹਿੰਦੇ ਜਥੇਦਾਰ ਸਾਹਿਬ ਨੂੰ ਮਿਲਣਾ, ਕਹਿੰਦੇ ਜਥੇਦਾਰ ਸਾਹਿਬ ਮੈਨੂੰ ਮਿਲੇ ਨੀ, ਤੇ ਜਥੇਦਾਰ ਸਾਹਿਬ ਆਖੀ ਜਾਂਦੇ ਜੀ ਕਿ ਮੈਂ ਤਾਂ ਬੈਠਾ ਸੀ, ਇਹੀ ਨੀ ਪਹੁੰਚੇ ਮੇਰੇ ਤੱਕ, ਕੱਲ ਨੂੰ ਆ ਜਾਣਾ 8 ਵਜੇ। ਇਹਦਾ ਮਤਲਬ ਇਹ ਨਿਕਲਦਾ ਕਿ ਜਥੇਦਾਰ ਉੱਥੇ ਸੀ ਜੀ, ਮੰਤਰੀ ਵੀ ਗਿਆ, ਪਰ ਦੂਸਰਿਆਂ ਨੇ ਰਾਹ ਚ ਇਹੋ ਜਿਹੇ ਬੰਦੇ ਖੜੇ ਕੀਤੇ ਸੀ ਜਿਨ੍ਹਾਂ ਨੇ ਕਹਿਤਾ ਕਿ ਜਥੇਦਾਰ ਸਾਹਿਬ ਨਹੀਂ ਮਿਲ ਸਕਦੇ। ਉਹਨਾਂ ਨੇ ਕਹਿਤਾ ਕਿ ਤੁਸੀਂ ਜਿਹੜੀ ਗੱਲ ਕਹਿਣੀ ਸਾਨੂੰ ਕਹਿ ਦਿਓ, ਜਥੇਦਾਰ ਸਾਹਿਬ ਨੇ ਆਖਿਆ ਮੈਂ ਨੀ ਮਿਲਣਾ। ਹੁਣ ਜਥੇਦਾਰ ਕਹਿੰਦਾ ਮੈਂ ਤਾਂ ਮਿਲਣ ਨੂੰ ਤਿਆਰ ਆ, ਭਰ ਕੇ ਆ ਜਾਣ। ਇਹਦੇ ਚ ਅਕਾਲੀ ਲੀਡਰਸ਼ਿਪ ਹੋਰ ਬੇਪਰਦ ਹੋ ਰਹੀ ਆ, ਇਹਨਾਂ ਨੂੰ ਚਾਹੀਦਾ ਕਿ ਮਿਲਣ ਦੇਣ, ਜੋ ਗੱਲ ਨਿਕਲਦੀ ਆ ਕਰਨ ਦੇਣ, ਕੀ ਫਰਕ ਪੈਂਦਾ। ਅਕਾਲ ਤਖ਼ਤ ਦੇ ਜਥੇਦਾਰ ਨੇ ਸਭ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਸਰਕਾਰ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਇਹ ਦਿਨ ਮਨਾਉਣਾ ਚਾਹੀਦਾ। ਮੁੜ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਹਿਤਾ, ਪ੍ਰਧਾਨ ਨੇ ਵੀ ਬਿਆਨ ਦੇਤਾ, ਪ੍ਰਧਾਨ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਵੀ ਹੋ ਗਈ। ਇਹਨਾਂ ਨੇ ਸੋਚਿਆ ਕਿ ਜੇ ਸਰਕਾਰੀ ਫੰਕਸ਼ਨ ਤੇ ਸਾਡਾ ਦੋਵੇਂ ਰਲ ਕੇ ਚੱਲੇ ਤੇ ਗੱਲ ਨਹੀਂ ਬਣਨੀ, ਤੇ ਸਾਨੂੰ ਕਿਸੇ ਪੁੱਛਣਾ ਨਹੀਂ। ਇਹਨਾਂ ਨੇ ਜਾ ਕੇ ਤੇ ਵੰਝ ਮਾਰਤਾ ਉਹਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਆ ਨਾਲ, ਤੇ ਜਾ ਕੇ ਪ੍ਰਧਾਨ ਮੰਤਰੀ ਨੂੰ ਸੱਦਾ ਦਿਆ ਜੀ ਤੁਸੀਂ ਸਾਡੇ ਕੋਲ ਆਇਓ। ਉਹਨੇ ਕਹਿਤਾ ਆ ਜਾਂਗੇ। ਇੱਥੇ ਰੌਲਾ ਪੈ ਗਿਆ ਕਿ ਤੁਸੀਂ ਕੱਲੇ ਦੇਖ ਕੇ ਆਏ। ਫਿਰ ਮੁੜ ਕੇ ਜਥੇਦਾਰ ਨੇ ਦਖਲ ਦਿੱਤਾ, ਫਿਰ ਆਖਿਆ ਕਿ ਸਾਂਝੀ ਮੀਟਿੰਗ ਕਰ ਲਈਏ ਜੀ, ਅੱਗੇ ਤੋਂ ਮਿਲ ਕੇ ਚੱਲਾਂਗੇ। ਅਗਲੇ ਦਿਨ ਸੁਖਬੀਰ ਸਿੰਘ ਬਾਦਲ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਾਲ ਲੈ ਕੇ ਰਾਸ਼ਟਰਪਤੀ ਨੂੰ ਮਿਲਿਆ, ਰੌਲਾ ਫਿਰ ਪੈ ਗਿਆ। ਹੁਣ ਜਦੋਂ ਅਕਾਲ ਤਖ਼ਤ ਤੇ ਜਥੇਦਾਰ ਕਹਿੰਦਾ ਮਿਲ ਕੇ ਚੱਲੋ, ਤੇ ਬੀਬੀ ਦਾਖੇ ਦੇ ਵਿੱਚ ਤਕਰੀਰਾਂ ਕਰਕੇ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੋਵਾਂ ਨੇ ਕਹਿਤਾ ਕਿ ਅਸੀਂ ਆਵਾਂਗੇ ਤੇ ਸਿਰਫ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਚ ਆਵਾਂਗੇ। ਉਹਦੇ ਉੱਤੇ ਕੱਲ ਅਮਰਿੰਦਰ ਸਿੰਘ ਦਾ ਬੜਾ ਸਖ਼ਤ ਬਿਆਨ ਆਇਆ ਜੀ। ਉਹ ਕਹਿੰਦਾ ਕਿ ਜਿਹੜਾ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ ਜਾਂ ਜਿਹੜਾ ਪ੍ਰੋਗਰਾਮ ਰਾਸ਼ਟਰਪਤੀ ਦਾ ਹੁੰਦਾ, ਉਹ ਪ੍ਰੋਟੋਕੋਲ ਦੇ ਹਿਸਾਬ ਨਾਲ ਦੂਸਰਾ ਕੋਈ ਜਾਰੀ ਨਹੀਂ ਕਰ ਸਕਦਾ ਜੀ। ਉਹ ਪ੍ਰੋਗਰਾਮ ਸਿਰਫ ਤੇ ਸਿਰਫ ਉਹਨਾਂ ਦੇ ਆਪਣੇ ਦਫ਼ਤਰ ਨੇ ਜਾਰੀ ਕਰਨਾ ਹੁੰਦਾ। ਜਦ ਤੱਕ ਉਹਨਾਂ ਨੇ ਇਹ ਜਾਰੀ ਨਹੀਂ ਕੀਤਾ, ਇਹ ਬੀਬੀ ਕੇਂਦਰੀ ਮੰਤਰੀ ਵੀ ਹੋਵੇ ਤੇ ਪ੍ਰੋਟੋਕੋਲ ਦੀ ਉਲੰਘਣਾ ਕਰ ਰਹੀ ਹੈ, ਇਸ ਤਰ੍ਹਾਂ ਦੀ ਗੱਲ ਕਹਿ ਨਹੀਂ ਸਕਦੀ, ਇਹਨੂੰ ਕਹਿਣ ਦਾ ਹੱਕ ਕੋਈ ਨੀਗਾ ਜੀ। ਅਸੀਂ ਡੀਕਾਂਗੇ ਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਕੀ ਕਹਿੰਦੇ, ਅਸੀਂ ਕਿੱਧਰ ਜਾਣਾ, ਸੱਦਾ ਅਸੀਂ ਵੀ ਦਿੱਤਾ, ਇਹਨਾਂ ਵੀ ਦਿੱਤਾ, ਸਾਡਾ ਸੱਦਾ ਵੀ ਉਹਨਾਂ ਪ੍ਰਵਾਨ ਕੀਤਾ, ਇਹਨਾਂ ਦਾ ਵੀ ਕੀਤਾ, ਪਰ ਬੀਬੀ ਇਹੋ ਜੀ ਗੱਲ ਕਿੱਦਾਂ ਕਹਿ ਰਹੀ ਹੈ। ਹੁਣ ਇਹਦੇ ਉੱਤੇ ਆ ਕੇ ਫਿਰ ਇੱਕ ਕਿਸਮ ਦਾ ਵਿਗਾੜ ਪੈਂਦਾ ਪਿਆ। ਕੱਲ ਨੂੰ ਜੇ ਮੰਤਰੀ ਇੱਕ ਜਾਵੇ ਜਾਂ ਦੋ ਜਾਵੇ, ਦੋਵੇਂ ਮੰਤਰੀ ਜਾ ਕੇ ਉਹਨੂੰ ਮਿਲਾਉਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ, ਉਹ ਫਿਰ ਕਹਿੰਦਾ ਮਿਲ ਕੇ ਚੱਲੋ, ਤੇ ਫਿਰ ਇਹਨਾਂ ਦੀ ਪੋਜੀਸ਼ਨ ਕੀ ਰਹੇਗੀ। ਜਥੇਦਾਰ ਇਸ ਵੇਲੇ ਕਾਫੀ ਕੌੜ ਵਿੱਚ ਹੈ ਜੀ,
ਉਹਨੇ ਦਿੱਲੀ ਵਾਲੇ ਮਨਜਿੰਦਰ ਸਿੰਘ ਸਿਰਸੇ ਦੀ ਵੀ ਕਾਫੀ ਖਿਚਾਈ ਕੀਤੀ ਆ। ਪਹਿਲਾਂ ਨਗਰ ਕੀਰਤਨ ਦੇ ਸਵਾਲ ਤੇ ਵੀ ਤੁਹਾਡੇ ਕੋਲ ਮਨਜ਼ੂਰੀ ਨੂੰ ਤਾਂ ਕਿੱਦਾਂ ਕਹੀਏ ਨਾ ਮੈਂ ਲੈ ਕੇ ਜਾਣਾ। ਫਿਰ ਉਹਨੇ ਆਖਿਆ ਪਾਲਕੀ ਵਾਸਤੇ ਜਿਹੜਾ ਪੈਸਾ ਇਕੱਠਾ ਕੀਤਾ ਪੈਸੇ ਦਾ ਹਿਸਾਬ ਦੇ। ਹੁਣ ਉਹਦੇ ਕੋਲ ਸ਼ਿਕਾਇਤ ਚਲੀ ਗਈ ਆ ਕਿ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਉਹ ਕੀਰਤਨ ਸਰਵਣ ਕਰਦਾ ਪਿਆ ਪਰ ਜੁੱਤੀ ਪਈ ਆ, ਉਹਦੀ ਵੀ ਸ਼ਿਕਾਇਤ ਚਲੀ ਗਈ ਆ। ਮੈਨੂੰ ਨੀ ਪਤਾ ਸ਼ਿਕਾਇਤ ਕਿੰਨੀ ਕੁ ਸੀਰੀਅਸ ਹੈ ਤੇ ਕਿੰਨੀ ਕੁ ਨਹੀਂ, ਪਰ ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਮੈਂ ਉਹਦਾ ਵੀ ਨੋਟਿਸ ਲੈਣਾ। ਪਿਛਲਿਆਂ ਦਿਨਾਂ ਚ ਜਿਵੇਂ ਅਕਾਲ ਤਖ਼ਤ ਦੇ ਜਥੇਦਾਰ ਨੇ ਸਖ਼ਤੀ ਵਿਖਾਈ ਆ ਜੀ, ਜੇ ਕੱਲ ਉਹ ਫਿਰ ਸਖ਼ਤੀ ਵਿਖਾ ਦੇ ਤੇ ਫਿਰ ਇਹਨਾਂ ਦੇ ਪੱਲੇ ਕੀ ਹੋਵੇਗਾ। ਚਾਹੀਦਾ ਇਹ ਹੈ ਕਿ ਅਜੇ ਵੀ ਦੋਵੇਂ ਤਰ੍ਹਾਂ ਇਕੱਠੀਆਂ ਹੋ ਜਾਣ। ਸਿੱਖ ਸੰਗਤ ਦੀ ਮੰਗ ਹੈ ਕਿ ਅਸੀਂ ਰਲ ਕੇ ਚੱਲੀਏ, ਪਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਡਾਮੇਬਾਈ ਜੀ ਕੀਤੀ ਹੈ ਇੱਕ ਚਿੱਠੀ ਜਾਰੀ ਕਰਤੀ ਕਿ ਸਾਡੇ ਵੱਲੋਂ ਮਨਾਇਆ ਜਾ ਰਿਹਾ ਤੇ ਅਸੀਂ ਸਰਕਾਰ ਨੂੰ ਵੀ ਤੇ ਸਾਰੀਆਂ ਧਿਰਾਂ ਨੂੰ ਕਹਿੰਦੇ ਸ਼ਾਮਲ ਹੋ ਜੀ। ਉਹਦੇ ਵਿਚ ਇਹ ਵੀ ਲਿਖਤਾ ਕਿ ਦਿੱਲੀ ਦੀ ਇੱਕ ਕੰਪਨੀ ਨੂੰ 10 ਕਰੋੜ ਦਾ ਠੇਕਾ ਦੇ ਦਿੱਤਾ ਜੀ। ਚਿੱਠੀ ਇਹ ਜਾਰੀ ਕਰਦੇ ਪਏ 9 ਤਰੀਕ ਨੂੰ ਆ ਕੇ ਤੇ ਤਰੀਕ ਉਹਦੇ ਉੱਤੇ ਪਈ 27 ਸਤੰਬਰ ਦੀ। ਇਹਦਾ ਮਤਲਬ 13 ਦਿਨ ਚਿੱਠੀ ਦੱਬ ਕੇ ਰੱਖੀ ਗਈ ਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਮੰਤਰੀਆਂ ਨਾਲ ਸਾਰਿਆਂ ਨਾਲ ਲੁਕਵੀਆਂ ਮੀਟਿੰਗਾਂ ਝੂਠੋ ਝੂਠੀ ਕਰਦੇ ਰਹੇ ਜੀ। ਇਹਦੇ ਨਾਲ ਪ੍ਰਭਾਵ ਇਸ ਵੇਲੇ ਇੰਨਾ ਖਰਾਬ ਜਾ ਰਿਹਾ ਕਿ ਹੋਰ ਦੇਖੋ ਪ੍ਰਭਾਵ ਸਰਕਾਰ ਦਾ ਖਰਾਬ ਜਾਵੇ ਤਾਂ ਵੀ ਕੋਈ ਨੀ ਅੱਗੇ ਪਜਾ ਰਹੀ ਹੋਇਆ, ਸ਼੍ਰੋਮਣੀ ਕਮੇਟੀ ਦਾ ਅਕਾਲੀ ਆਗੂ ਦਾ ਖਰਾਬ ਜਾਵੇ ਤਾਂ ਵੀ ਕੋਈ ਨੀ ਅੱਗੇ ਕਿਹੜੇ ਝੰਡੇ ਗੱਡੇ ਲੋਕਾਂ ਨੂੰ ਪਤਾ ਹੀ ਇਸ ਵੇਲੇ ਇਹ ਇੱਜ਼ਤ ਬਹੁਤ ਹੀ ਹੈ ਨੀ ਗਈ ਬਰਗਾੜੀ ਕਾਂਡ ਤੋਂ ਬਾਅਦ ਤੇ ਲੋਕਾਂ ਨੇ ਮਨੋਂ ਇਹ ਵੀ ਲੱਥੇ ਪਏ। ਪਰ ਇਹਨਾਂ ਦੋਵਾਂ ਨਾਲ ਵੱਡਾ ਸਵਾਲ ਇਹ ਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ 550ਵਾਂ ਉਹ ਕਹਿੰਦੇ ਪ੍ਰਕਾਸ਼ ਉਤਸਵ ਮਨਾਉਣਾ, ਦੁਨੀਆਂ ਭਰ ਦੇ ਸਿੱਖਾਂ ਦੇ ਮਨ ਵਿਚ ਇੱਕ ਸ਼ਰਧਾ ਸੀ ਕਿ ਉਸ ਦਿਨ ਆਪਾਂ ਇਕੱਠੇ ਹੋਵਾਂਗੇ ਉੱਥੇ ਬੈਠਾਂਗੇ ਵਿਚਾਰਾਂ ਕਰਾਂਗੇ, ਉਹਨਾਂ ਸਾਰਿਆਂ ਦੇ ਮਨ ਨੂੰ ਠੇਸ ਲੱਗਦੀ ਪਈ ਹੈ ਕਿ ਜੇ ਅਸੀਂ ਜਾਵਾਂਗੇ ਸੁਲਤਾਨਪੁਰ ਲੋਧੀ ਉਧਰ ਜਾਵਾਂਗੇ ਕਿ ਉਧਰ ਜਾਵਾਂਗੇ, ਡੇਰਾ ਬਾਬਾ ਨਾਨਕ ਜਾਵਾਂਗੇ ਉੱਥੇ ਵੀ ਦੋ ਥਾਵਾਂ ਤੇ ਅੱਡੋ ਅੱਡ ਸਟੇਜਾਂ ਹੋਣਗੀਆਂ, ਉਧਰ ਜਾਵਾਂਗੇ ਕਿ ਉਧਰ ਜਾਵਾਂਗੇ। ਜਿਹੜੀ ਆਮ ਸਿੱਖ ਦੀ ਮਾਨਸਿਕਤਾ ਉਹਨੂੰ ਜਿਹੜੀ ਸੱਟ ਲੱਗਦੀ ਪਈ ਆ ਉਹ ਸੱਟ ਨੂੰ ਇਸ ਵੇਲੇ ਨਹੀਂ ਵੇਖਿਆ ਜਾ ਰਿਹਾ ਜੀ। ਪਰ ਸਾਹਿਬ 30 ਮਾਰ ਖਾਂ ਹੋਰਾਂ ਨੇ ਅੱਜ ਕੀ ਕਿਹਾ ਜੀ? 30 ਮਾਰ ਖਾਂ ਲਗਾਤਾਰ ਲੱਗਾ ਰਹਿੰਦਾ, ਜਦੋਂ ਇਹਨੂੰ ਕੋਈ ਸੁੱਝ ਜਾਂਦਾ ਤੁਰੇ ਤੁਰੇ ਜਾਂਦੇ ਰਸਤੇ ਚ ਲਿਖ ਦਿੰਦਾ। ਗੱਲ ਇਹ ਆ ਕਿ ਤੁਸੀਂ ਜਾਣਦੇ ਆ ਕਿ ਕੱਲ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਚ ਵੇਖਿਆ ਜਦੋਂ ਪ੍ਰਧਾਨ ਮੰਤਰੀ ਦੀ ਭਤੀਜੀ ਦਾ ਪਰਸ ਖੋਇਆ ਗਿਆ ਜੀ। ਉਹਦੇ ਤੋਂ ਬਾਅਦ ਗੱਲਾਂ ਸਨ ਕਿ ਦਿੱਲੀ ਦੇ ਵਿਚ ਅਮਨ ਕਾਨੂੰਨ ਦੀ ਹਾਲਤ ਕੀ ਆ। ਮੇਰੇ ਬੈਠਿਆਂ ਤੋਂ ਇੱਕ ਮਿੱਤਰ ਨੇ ਕਿਹਾ ਕਹਿੰਦਾ ਮੈਂ ਤਾਂ ਯਾਰ ਦਿੱਲੀ ਜਾਣਾ ਦੁਕਾਨ ਦਾ ਸਮਾਨ ਲੈਣ, ਉੱਥੇ ਕਹਿੰਦੇ ਸਸਤਾ ਮਿਲਦਾ ਤੇ ਇੱਥੇ ਪੰਜਾਬ ਚ ਆ ਕੇ ਜਦੋਂ ਵੇਚਿਆ 4 ਪੈਸੇ ਵੀ ਕਮਾ ਲਾਂਗੇ, ਤੇ ਦੂਜਾ ਕਹਿੰਦਾ ਉੱਥੇ ਲੁੱਟ ਖੋਹ ਬੜੀ ਹੁੰਦੀ ਹੈ, ਤੀਜਾ ਕਹਿੰਦਾ ਸਭ ਤੋਂ ਵੱਡਾ ਪੁਆੜਾ ਇਹ ਹੈ ਕਿ ਉਹ ਲੱਗਾ ਹੀ ਆਡ ਈਵਨ ਚਾਲੂ ਕਰਨ ਕੇਜਰੀਵਾਲ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਵਾਰੀ ਅਸੀਂ ਇਹ ਤਾਂ ਖੁੱਲ ਦਿੱਤੀ ਹੈ ਕਿ ਜੇ ਔਰਤ ਗੱਡੀ ਚਲਾਉਂਦੀ ਹੋਵੇ ਤੇ ਉਹਦਾ ਚਲਾਨ ਨਹੀਂ ਕਰਨਾ, ਪਰ ਜੇ ਔਰਤ ਗੱਡੀ ਚਲਾਉਂਦੀ ਹੋਵੇ ਪਤੀ ਨਾਲ ਬੈਠਾ ਹੋਵੇ ਤੇ ਸਾਨੂੰ ਪਤਾ ਉਹ ਚਲਾਨ ਤੋਂ ਬਚਣ ਵਾਸਤੇ ਗੱਡੀ ਚਲਾਉਂਦੀ ਹੈ, ਉਹਦਾ ਚਲਾਨ ਅਸੀਂ ਕਰਾਂਗੇ ਜੁਰਮਾਨਾ ਡਬਲ ਹੋ ਜਾਣਾ। ਉਹਦੇ ਉੱਤੇ ਫਿਰ ਮੈਂ ਲਿਖਿਆ ਸੀ ਆਖਿਆ ਮਿੱਤਰ ਸੀ ਇੱਕ ਨੇ ਦੂਸਰੇ ਨੂੰ ਮੇਰਾ ਦਿੱਲੀ ਦੇ ਵੱਲ ਧਿਆਨ ਮਿੱਤਰ, ਦੁਨੀਆਂ ਵਸਤਾਂ ਹਨ ਸਸਤੀਆਂ ਕਈ ਉੱਥੇ ਲਿਆਉਣਾ ਹੱਟੀ ਦਾ ਕੁਝ ਸਮਾਨ ਮਿੱਤਰ, ਦੂਜੇ ਆਖਿਆ ਸੰਭਲ ਕੇ ਜਾਏ ਮਿੱਤਰ ਕਿਧਰੇ ਹੋਵੇ ਨਾ ਤੇਰਾ ਨੁਕਸਾਨ ਮਿੱਤਰ, ਹੋਇਆ ਹੀ ਅਮਨ ਕਾਨੂੰਨ ਦਾ ਹਾਲ ਮੰਦਾ ਚੌਧਰਾ ਕਰਨ ਕੇ ਗੁੰਡੇ ਜਾਂ ਡਾਨ ਮਿੱਤਰ ਬਾਕੀ 4 ਲਾਈਨਾਂ ਔਡ ਈਵਨ ਜਿਹਾ ਲੱਗਾ ਪਰ ਹੋਣ ਲਾਗੂ, ਹੋਇਆ ਸੁਣੀ ਦਾ ਕੋਈ ਐਲਾਨ ਮਿੱਤਰ, ਜੁਰਮਾਨਾ ਹੋਇਆ ਤਾਂ ਉਦੋਂ ਵੀ ਵੱਧ ਹੋਊ, ਲਿਆਉਣਾ ਜਿੰਨੇ ਦਾ ਕੁੱਲ ਸਮਾਨ ਮਿੱਤਰ, ਜਿੰਨੇ ਦਾ ਸਮਾਨ ਲਿਆਉਣਾ ਉਦੋਂ ਵੱਧ ਤੈਨੂੰ ਜੁਰਮਾਨਾ ਹੋ ਜਾਣਾ, ਬਚ ਕੇ ਜਾਵੀ। ਔਰ ਵਕਿਆ ਗਿਆ ਇਸ ਵਾਰੀ ਇਸ ਤਰ੍ਹਾਂ ਦੀ ਗੱਲ ਹੈ ਕਿ ਸ਼ਾਇਦ ਦਿੱਲੀ ਚ ਜੁਰਮਾਨੇ ਵੱਡੇ ਹੋਣਗੇ ਜੀ। ਬਹੁਤ ਮਿਹਰਬਾਨੀ ਪੰਨੂ ਸਾਹਿਬ, ਬਹੁਤ ਧੰਨਵਾਦ ਜੀ ਫਿਲਮ ਦੇ ਵਾਸਤੇ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਜਤਿੰਦਰ ਪੰਨੂ ਸਾਹਿਬ ਦੇ ਨਾਲ ਦੋਸਤੋ ਆਪਣੀ ਗੱਲਬਾਤ ਚੱਲ ਰਹੀ ਸੀ।